Hello and welcome to the current session of Gurukul. Gurukul is online platform de upar tuhanu bahut swagat hai. Te is session vich aap discuss karan ja rahe hain 24th of May 2021 de kuch important news. Eh news jehde ki apne har ek exam de layi zaruri hunde ne, ohnu nu apan daily basis te cover karde haan. So start karde haan apne session nu first important topic de naal. ਪਹਿਲਾ ਆਪਣਾ ਟੌਪਿਕ ਰਹੇਗਾ ਇਹ ਸੈਕਸ਼ਨ 188 ਆਫ ਆਈਪੀਸੀ ਆਈਪੀਸੀ ਇੰਡੀਅਨ ਪੀਨਲ ਕੋਡ ਇੰਡੀਅਨ ਪੀਨਲ ਕੋਡ ਦੇ ਵਿੱਚ ਅਲੱਗ ਅਲੱਗ ਸੈਕਸ਼ਨਸ ਹੈਗੇ ਨੇ ਜਿਹਦੇ 'ਚ ਕੀ ਆ ਅਲੱਗ ਅਲੱਗ ਜਿਹੜੇ ਕ੍ਰਾਈਮ ਵਗੈਰਾ ਹੁੰਦੇ ਉਹਨਾਂ ਦੀ ਸਜ਼ਾ ਵਾਸਤੇ ਸੈਕਸ਼ਨਸ ਦਿੱਤੇ ਹੋਏ ਆ ਤਾਂ ਸੈਕਸ਼ਨ ਨੰਬਰ 188 ਜਿਹੜਾ ਹੈ ਉਸ ਕਿਸ ਚੀਜ਼ ਬਾਰੇ ਗੱਲ ਕਰਦਾ ਹੈ ਵੈਦਰ ਇਟ ਇਜ਼ ਪਨਿਸ਼ਮੈਂਟ ਫੋਰ ਰੇਪ ਜਾਂ ਫਿਰ ਕੋਈ ਅਨਲੋਫੁਲ ਅਸੈਂਬਲੀ ਹੋ ਰਹੀ ਹੈ ਲੋਕਾਂ ਦੀ ਮਤਲਬ ਕੋਈ ਗੈਰ ਕਾਨੂੰਨੀ ਤੌਰ 'ਤੇ ਲੋਕ ਇਕੱਠੇ ਹੋਏ ਹੋਏ ਆ ਉਹਨਾਂ ਦੇ ਉੱਪਰ ਲੱਗਦਾ ਹੈ ਜਾਂ ਫਿਰ ਕੀ ਆ ਮਰਡਰ ਹੁੰਦਾ ਉਹਦੇ ਵਾਸਤੇ ਪਨਿਸ਼ਮੈਂਟ ਆ ਜਾਂ ਫਿਰ ਪਨਿਸ਼ਮੈਂਟ ਫੋਰ ਡਿਸਓਬੀਡੈਂਸ ਆਫ ਐਨ ਆਰਡਰ ਆਫ ਪਬਲਿਕ ਸਰਵੈਂਟ ਪਬਲਿਕ ਸਰਵੈਂਟ ਮਤਲਬ ਜਿਹੜੇ ਕਿ ਆਪਣੇ ਆਫਿਸਰਸ ਹੁੰਦੇ ਜਿਵੇਂ DC ਹੋ ਗਏ DM ਹੋ ਗਏ ਉਸ ਤਰ੍ਹਾਂ ਦੇ ਆਫਿਸਰਸ ਦੀ ਅਗਰ ਆਪਾਂ ਗੱਲ ਨਹੀਂ ਮੰਨਦੇ ਤਾਂ ਆਪਾਂ ਨੂੰ ਪਨਿਸ਼ਮੈਂਟ ਦੇਣ ਲਈ ਇਹ ਜਿਹੜਾ ਸੈਕਸ਼ਨ ਅਪਲਾਈ ਹੁੰਦਾ ਹੈ ਸੋ ਹਰ ਇੱਕ ਚੀਜ਼ ਜਿਹੜੀ ਆਪਣੀ ਨਿਊਜ਼ ਵਿੱਚ ਹੁੰਦੀ ਹੈ ਕਿਉਂ ਹੁੰਦੀ ਹੈ ਬਿਕੋਜ਼ ਉਹਦੇ ਰਿਗਾਰਡਿੰਗ ਕੋਈ ਮੁੱਦਾ ਹੋਇਆ ਹੁੰਦਾ ਤਾਂ ਇਹਦੇ ਵਿੱਚ ਇਹ ਹੈ ਕਿ ਜੇ ਆਪਾਂ ਨੂੰ ਪਤਾ ਲੋਕਡਾਊਨ ਕਰਕੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਲਗਾਈਆਂ ਹੋਈਆਂ ਕਿ ਬਿਨਾਂ ਗੱਲ ਤੋਂ ਘਰੋਂ ਬਾਹਰ ਨਹੀਂ ਨਿਕਲਣਾ ਜਾਂ ਫਿਰ ਇੱਧਰ ਉੱਧਰ ਨਹੀਂ ਜਾਣਾ ਮਾਸਕ ਪਹਿਨਣਾ ਹੈ ਜਾਂ ਫਿਰ ਕੀ ਹੈ ਕਿ ਪਰਟੀਕੁਲਰ ਲੋਕਾਂ ਨੇ ਲਾਈਕ ਇੱਕ ਨੇ ਜਾਂ ਫਿਰ ਦੋ ਨੇ ਹੀ ਜਾਣਾ ਜ਼ਿਆਦਾ ਅਸੈਂਬਲੀ ਕਰਕੇ ਨਹੀਂ ਜਾਣਾ ਤਾਂ ਉਸ ਤਰ੍ਹਾਂ ਅਲੱਗ ਅਲੱਗ ਰਿਸਟ੍ਰਿਕਸ਼ਨਸ ਲਗਾਈਆਂ ਹੋਈਆਂ ਹੁਣ ਅਗਰ ਆਪਣੇ ਵਰਗੇ ਲੋਕ ਮਤਲਬ ਪਬਲਿਕ ਇਹਨਾਂ ਰਿਸਟ੍ਰਿਕਸ਼ਨਸ ਨੂੰ ਫੋਲੋ ਨਹੀਂ ਕਰੇਗੀ ਤਾਂ ਮਤਲਬ ਕਿ ਆਪਾਂ ਜਿਹੜੇ ਪਬਲਿਕ ਸਰਵੈਂਟਸ ਆ ਮਤਲਬ ਜਿਵੇਂ ਆਪਣੇ ਜ਼ਿਲ੍ਹੇ ਦੇ ਅੰਦਰ ਜਿਹੜਾ ਵੀ ਡਿਸਟ੍ਰਿਕਟ ਕਲੈਕਟਰ ਆ ਉਹੀ ਇਹ ਸਾਰੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਹੋਣਗੀਆਂ ਉਹਨਾਂ ਨੂੰ ਇਸ਼ੂ ਕਰਨਗੇ ਨਾ ਅਗਰ ਆਪਾਂ ਇਹਨਾਂ ਸਭ ਨੂੰ ਨਹੀਂ ਮੰਨਦੇ ਇਹਦਾ ਮਤਲਬ ਆਪਾਂ ਉਸ ਪਬਲਿਕ ਸਰਵੈਂਟ ਦੀ ਗੱਲ ਨੂੰ ਡਿਸਓਬੇ ਕਰ ਰਹੇ ਹਾਂ ਆਪਾਂ ਉਸ ਦੀ ਗੱਲ ਨੂੰ ਨਹੀਂ ਮੰਨ ਰਹੇ ਤਾਂ ਆਪਾਂ ਨੂੰ ਸੈਕਸ਼ਨ 188 ਆਫ ਆਈਪੀਸੀ ਦੇ ਅੰਡਰ ਸਜ਼ਾ ਦਿੱਤੀ ਜਾ ਸਕਦੀ ਹੈ ਸੋ ਆਪਸ਼ਨ ਡੀ ਇਸ ਕੁਐਸਚਨ ਦਾ ਰਾਈਟ ਆਨਸਰ ਹੋਏਗਾ ਅਗਰ ਸਾਨੂੰ ਪੁੱਛਿਆ ਜਾਵੇ ਕਿ ਜਦੋਂ ਆਪਾਂ ਕਿਸੇ ਪਬਲਿਕ ਸਰਵੈਂਟ ਦੀ ਡਿਸਓਬੀਡੈਂਸ ਕਰਦੇ ਹਾਂ ਤਾਂ ਆਪਾਂ ਨੂੰ ਪਨਿਸ਼ਮੈਂਟ ਕਿਹੜੇ ਸੈਕਸ਼ਨ ਦੇ ਅੰਡਰ ਮਿਲਦੀ ਆ ਸਭ ਤੋਂ ਪਹਿਲਾਂ ਇੰਡੀਅਨ ਪੀਨਲ ਕੋਡ ਦੇ ਅੰਡਰ ਉਹਦੇ ਅੰਡਰ ਜਿਹੜਾ ਸੈਕਸ਼ਨ ਹੈ ਉਹ ਕਿਹੜਾ ਹੈਗਾ 188 ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਸੈਕਸ਼ਨ 188 ਰਿਲੇਟਸ ਟੂ ਡਿਸਓਬੀਡੈਂਸ ਆਫ ਆਰਡਰ ਡਿਊਲੀ ਪ੍ਰੋਮਲਗੇਟਡ ਬਾਏ ਦਾ ਪਬਲਿਕ ਸਰਵੈਂਟ ਮਤਲਬ ਕੋਈ ਵੀ ਪਬਲਿਕ ਸਰਵੈਂਟ ਆ ਜਿਹੜਾ ਉਹਨਾਂ ਨੇ ਕੋਈ ਆਰਡਰ ਇਸ਼ੂ ਕੀਤੇ ਨੇ ਅਗਰ ਆਪਾਂ ਉਹਨਾਂ ਨੂੰ ਨਹੀਂ ਮੰਨਦੇ ਤਾਂ ਆਪਣੇ 'ਤੇ ਸੈਕਸ਼ਨ 188 ਲੱਗ ਜਾਂਦਾ ਹੁਣ ਅਗਰ ਆਪਾਂ ਵਾਇਓਲੇਟ ਕਰਦੇ ਹਾਂ ਇਸ ਸੈਕਸ਼ਨ ਨੂੰ ਇਸ ਜੋ ਵੀ ਆਰਡਰ ਇਸ਼ੂ ਹੋਇਆ ਤਾਂ ਆਪਾਂ ਨੂੰ ਸਜ਼ਾ ਵੀ ਹੋ ਸਕਦੀ ਆ ਫਾਈਨ ਵੀ ਲੱਗ ਸਕਦਾ ਪਲੱਸ ਸਜ਼ਾ ਵੀ ਹੋ ਸਕਦੀ ਹੈ ਸਭ ਤੋਂ ਪਹਿਲੀ ਵਾਰੀ ਜਦੋਂ ਆਪਾਂ ਉਲੰਘਣਾ ਕਰਦੇ ਹਾਂ ਤਾਂ ਆਪਾਂ ਨੂੰ ਜਿਹੜੀ ਇੱਕ ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਜੇਲ੍ਹ ਹੋ ਸਕਦੀ ਹੈ ਉਸ ਤੋਂ ਬਾਅਦ ਜਿਹੜਾ ਫਾਈਨ ਲੱਗ ਸਕਦਾ ਆਪਾਂ ਨੂੰ ₹200 ਤੱਕ ਮਤਲਬ ਬਹੁਤ ਮਾਈਨਰ ਜੀ ਸਜ਼ਾ ਹੈ ਇੱਕ ਮਹੀਨੇ ਦੀ ਸਜ਼ਾ ਹੈ ਅਤੇ ₹200 ਦਾ ਫਾਈਨ ਜਾਂ ਤਾਂ ਇਹਨਾਂ 'ਚੋਂ ਇਕੱਲੀ ਇਕੱਲੀ ਲੱਗ ਜਾਏ ਜਾਂ ਫਿਰ ਦੋਨੋਂ ਹੀ ਇਕੱਠੇ ਹੋ ਸਕਦਾ ਕਿ ਆਪਾਂ ਨੂੰ ਕਹਿਣ ਤੁਸੀਂ ਸਜ਼ਾ ਵੀ ਲਓ ਇੱਕ ਮਹੀਨੇ ਦੀ ਜੇਲ੍ਹ 'ਚ ਵੀ ਜਾਓ ਪਲੱਸ ₹200 ਦਾ ਫਾਈਨ ਵੀ ਦਿਓ ਐਂਡ ਅਗਰ ਇਹ ਜਿਹੜੀ ਡਿਸਓਬੀਡੈਂਸ ਕਰ ਰਹੇ ਹਾਂ ਉਹਦੇ ਕਰਕੇ ਕਿਸੇ ਦੀ ਜਾਨ ਨੂੰ ਖਤਰਾ ਹੋ ਜਾਂਦਾ ਹੈ ਕਿਸੇ ਦੀ ਹੈਲਥ ਜਾਂ ਫਿਰ ਸੇਫਟੀ ਨੂੰ ਖਤਰਾ ਹੋ ਜਾਂਦਾ ਜਾਂ ਫਿਰ ਉਹਦੇ ਕਰਕੇ ਕੀ ਆ ਦੰਗੇ ਵਗੈਰਾ ਹੋਣ ਲੱਗ ਜਾਂਦੇ ਨੇ ਤਾਂ ਜਿਹੜੀ ਆ ਪਨਿਸ਼ਮੈਂਟ ਆ ਉਹਨੂੰ ਵਧਾਇਆ ਵੀ ਜਾ ਸਕਦਾ ਉਹ ਪਨਿਸ਼ਮੈਂਟ ਕਿੰਨੀ ਹੋ ਸਕਦੀ ਹੈ ਜਿਹੜੀ ਜੇਲ੍ਹ ਦੀ ਸਜ਼ਾ ਹੈ ਉਹ 1 ਮਹੀਨੇ ਤੋਂ 6 ਮਹੀਨੇ ਹੋ ਜਾਏਗੀ ਜਿਹੜਾ ਫਾਈਨ ਹੈ ਉਹ ₹200 ਤੋਂ ₹1000 ਤੱਕ ਹੋ ਜਾਏਗਾ ਜਾਂ ਫਿਰ ਦੋਨੋਂ ਵੀ ਅਪਲਾਈ ਹੋ ਸਕਦੇ ਨੇ ਸੋ ਇਹ ਕੰਡੀਸ਼ਨਸ ਨੇ ਕਿਉਂਕਿ ਅੱਜ ਕੱਲ੍ਹ ਟਾਈਮ 'ਤੇ ਇਹ ਆ ਕਿ ਅਗਰ ਆਪਣੇ ਵਰਗਾ ਕੋਈ ਪਰਸਨ ਬਿਨਾਂ ਮਾਸਕ ਲਗਾਇਆ ਬਾਹਰ ਜਾਏਗਾ ਹੋ ਸਕਦਾ ਉਹਨੂੰ ਕੋਈ ਦਿੱਕਤ ਹੋਵੇ ਤਾਂ ਉਹ ਦਿੱਕਤ ਦੂਸਰਿਆਂ ਨੂੰ ਵੀ ਹੋ ਸਕਦੀ ਹੈ ਮਤਲਬ ਦੂਸਰਿਆਂ ਦੀ ਹੈਲਥ ਨੂੰ ਵੀ ਕਾਫੀ ਸਾਰੇ ਉਹਦੇ ਜਿਹੜੇ ਡੇਂਜਰਸ ਇਫੈਕਟਸ ਹੈਗੇ ਨੇ ਉਹ ਫੇਸ ਕਰਨੇ ਪੈ ਸਕਦੇ ਨੇ ਤਾਂ ਇਸੇ ਕਰਕੇ ਉਹਨਾਂ 'ਤੇ ਇਹ ਜਿਹੜੀ ਐਕਸਟੈਂਡਡ ਸਜ਼ਾ ਹੈ ਉਹ ਵੀ ਲਗਾਈ ਜਾ ਸਕਦੀ ਹੈ ਜਿਹੜੀ ਕਿ 6 ਮਹੀਨਿਆਂ ਦੀ ਕੈਦ ਪਲੱਸ ₹1000 ਤੱਕ ਦਾ ਜੁਰਮਾਨਾ ਦੋਨੋਂ ਚੀਜ਼ਾਂ ਵੀ ਹੋ ਸਕਦੀਆਂ ਸੋ ਸੈਕਸ਼ਨ 188 ਰਿਲੇਟਸ ਟੂ ਆਈਪੀਸੀ ਇੰਡੀਅਨ ਪੀਨਲ ਕੋਡ ਐਂਡ ਇਟ ਇਜ਼ ਫੋਰ ਡਿਸਓਬੀਡੈਂਸ ਆਫ ਆਰਡਰਸ ਆਫ ਪਬਲਿਕ ਸਰਵੈਂਟ ਪਬਲਿਕ ਸਰਵੈਂਟ ਦੀ ਗੱਲ ਨਾ ਮੰਨਣ 'ਤੇ ਆਪਣੇ 'ਤੇ ਇਹ ਜਿਹੜਾ ਸੈਕਸ਼ਨ ਆ ਉਹ ਅਪਲਾਈ ਹੋ ਸਕਦਾ ਐਂਡ ਇਹ ਇੱਦਾਂ ਦੀਆਂ ਕਿ ਹਰ ਇੱਕ ਕੰਡੀਸ਼ਨ 'ਚ ਹੀ ਅਪਲਾਈ ਹੋਗਾ ਜਦੋਂ ਓਬਵੀਅਸ ਉਹਨੇ ਕੀਤੀਆਂ ਹੋਈਆਂ ਇਸ਼ੂ ਪਬਲਿਕ ਸਰਵੈਂਟ ਜਿਹੜੇ ਆ ਉਹਨਾਂ ਨੇ ਇਸ਼ੂ ਕੀਤੀਆਂ ਹੋਈਆਂ ਪਬਲਿਕ ਸਾਰੀਆਂ ਰਿਸਟ੍ਰਿਕਸ਼ਨਸ ਤਾਂ ਉਦੋਂ ਵੀ ਆਪਾਂ ਫੋਲੋ ਨਹੀਂ ਕਰ ਰਹੇ ਉਸ ਟਾਈਮ 'ਤੇ ਇਹ ਸੈਕਸ਼ਨ ਜਿਹੜਾ ਹੈ ਅਪਲਾਈ ਹੁੰਦਾ ਹੈ ਨੈਕਸਟ ਆਪਣੇ ਕੋਲ ਕੁਐਸਚਨ ਹੈ INS ਰਾਜਪੂਤ ਬਾਰੇ ਤੋ INS ਰਾਜਪੂਤ ਬਾਰੇ ਆਪਾਂ ਨੂੰ ਕੁਛ ਸਟੇਟਮੈਂਟਸ ਗਿਵਨ ਨੇ ਕਿ ਕਿਸਨੇ ਬਣਾਇਆ ਕਦੋਂ ਇੰਡੀਆ ਦੇ ਵਿੱਚ ਆਇਆ ਉਹ ਸਭ ਸਟੇਟਮੈਂਟਸ ਆ ਆਪਾਂ ਰਸਨਾ ਕਿਹੜੀ ਸਟੇਟਮੈਂਟ ਕਰੈਕਟ ਆ ਅਤੇ ਕਿਹੜੀ ਇਨਕਰੈਕਟ ਆ ਹੁਣ INS ਰਾਜਪੂਤ ਬਾਰੇ ਕਿਉਂ ਪੜ੍ਹ ਰਹੇ ਹਾਂ ਬਿਕੋਜ਼ ਰੀਸੈਂਟਲੀ ਇਸਨੂੰ ਡੀਕਮਿਸ਼ਨ ਕਰ ਦਿੱਤਾ ਗਿਆ ਡੀਕਮਿਸ਼ਨ ਦਾ ਮਤਲਬ ਹੁੰਦਾ ਹੈ ਕਿ ਇਸਨੂੰ ਹੁਣ ਯੂਜ਼ ਨਹੀਂ ਕੀਤਾ ਜਾਏਗਾ ਇੱਕ ਹੁੰਦਾ ਕਮਿਸ਼ਨ ਇੱਕ ਹੁੰਦਾ ਡੀਕਮਿਸ਼ਨ ਕਮਿਸ਼ਨ ਦਾ ਮਤਲਬ ਕੀ ਕਰਨਾ ਜਦੋਂ ਆਪਾਂ ਐਂਟਰ ਕਰਾਉਂਦੇ ਹਾਂ ਉਹਨੂੰ INS ਮਤਲਬ ਇੰਡੀਅਨ ਨੇਵਲ ਸ਼ਿਪ ਇਹ ਸ਼ਿਪਸ ਜਿਹੜੀਆਂ ਨੇ ਆਪਣੀ ਨੇਵੀ ਵਾਸਤੇ ਕੰਮ ਕਰਦੀਆਂ ਨੇ ਬਹੁਤ ਅੱਛਾ ਰੋਲ ਰਹਿੰਦਾ ਆਪਣੀ ਨੇਵੀ ਦੀ ਜਿਹੜੀ ਪਾਵਰ ਹੈ ਉਸ ਨੂੰ ਇਨਹੈਂਸ ਕਰਨ ਦੇ ਲਈ ਤਾਂ ਇਹ ਜਿਹੜੀ ਸ਼ਿਪ ਹੈ ਇੱਕ ਹਿਸਾਬ ਨਾਲ ਰਿਟਾਇਰ ਹੋ ਰਹੀ ਆ ਜਿਸ ਦਾ ਨਾਮ ਹੈ INS ਰਾਜਪੂਤ ਸਿੱਧਾ ਸਿੱਧਾ ਆਪਾਂ ਨੂੰ ਕੁਐਸਚਨ ਪੇਪਰ 'ਚ ਬਣ ਸਕਦਾ ਕਿ ਕਿਹੜੀ ਜਿਹੜੀ ਸ਼ਿਪ ਆ ਰੀਸੈਂਟਲੀ ਡੀਕਮਿਸ਼ਨ ਕੀਤੀ ਗਈ ਆ ਉਸਦਾ ਨਾਮ ਕੀ ਸੀਗਾ ਜਾਂ ਫਿਰ ਕਦੋਂ ਇਸ ਨੂੰ ਇੰਡਕਟ ਕੀਤਾ ਗਿਆ ਆਪਣੀ ਇੰਡੀਅਨ ਨੇਵੀ ਦੇ ਵਿੱਚ
ਉਹ ਸਭ ਚੀਜ਼ਾਂ ਆਪਣੇ ਲਈ ਜ਼ਰੂਰੀ ਹੁੰਦੀਆਂ ਨੇ। ਸੋ ਫਸਟ ਸਟੇਟਮੈਂਟ ਦੇ ਵਿੱਚ ਕਹਿ ਰਿਹਾ ਕਿ ਇਹ ਜਿਹੜੀ ਕਲਵਰੀ ਕਲਾਸ ਡਿਸਟਰੋਇਡ ਸੀਗੀ, ਮਤਲਬ ਇੱਕ ਡਿਸਟਰੋਇਰ ਆ, ਦੂਸਰੇ ਜਿਹੜੇ ਸਾਹਮਣੇ ਵਾਲੇ ਕੰਟਰੀ ਦੇ ਕੋਈ ਹੁੰਦੇ ਨੇ ਸ਼ਿਪਸ ਵਗੈਰਾ ਜਾਂ ਫਿਰ ਕੋਈ ਮਿਸਾਈਲਸ ਵਗੈਰਾ, ਉਹਨਾਂ ਨੂੰ ਡਿਸਟਰੋਏ ਕਰਨ ਦਾ ਕੰਮ ਕਰਦੀ ਸੀ ਇਹ। ਐਂਡ ਇਸਨੂੰ ਬਣਾਇਆ ਕਿਸਨੇ ਆ, ਮੈਸਗੋਨ ਡੋਕਯਾਰਡ ਲਿਮਿਟਡ ਇਨ ਦਾ ਈਅਰ 1980 ਕੀ 1980 ਵਿੱਚ ਆਪਣੇ ਇੰਡੀਆ ਦੀ ਹੀ ਇੱਕ ਜਿਹੜੀ ਕੰਪਨੀ ਆ MD ਵਾਲੀ ਮੈਸਗੋਨ ਡੋਕਯਾਰਡ ਲਿਮਿਟਡ ਉਹਨਾਂ ਨੇ ਬਣਾਇਆ। ਸੈਕਿੰਡ ਵਿੱਚ ਕਹਿ ਰਿਹਾ ਕਿ ਫਸਟ ਡਿਸਟਰੋਏ ਕਲਾਸ ਹੈਗੀ ਸੀ ਇੰਡੀਅਨ ਨੇਵੀ ਦੀ, ਮਤਲਬ ਆਪਣੀ ਅਗਰ ਇੰਡੀਅਨ ਨੇਵੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਭ ਤੋਂ ਪਹਿਲੀ ਡਿਸਟਰੋਇਰ ਇਹ ਜਿਹੜੀ ਹੈਗੀ ਸੀ INS ਰਾਜਪੂਤ, ਮਤਲਬ ਇਸ ਤੋਂ ਪਹਿਲਾਂ ਕੋਈ ਵੀ ਆਪਣੇ ਕੋਲ ਡਿਸਟਰੋਇਰ ਨਹੀਂ ਹੈਗਾ ਸੀ। ਥਰਡ ਕਹਿ ਰਿਹਾ ਕਿ ਇਟ ਹੈਜ਼ ਬੀਨ ਰੀਸੈਂਟਲੀ ਡੀਕਮਿਸ਼ਨਡ ਐਟ ਦਾ ਨੇਵਲ ਡੋਕਯਾਰਡ ਵਿਸ਼ਾਖਾਪਟਨਮ, ਕਿ ਰੀਸੈਂਟਲੀ ਇਸਨੂੰ ਡੀਕਮਿਸ਼ਨ ਕਰ ਦਿੱਤਾ ਗਿਆ, ਹੁਣ ਇਹ ਆਪਣੀ ਨੇਵੀ ਦੇ ਵਿੱਚ ਕੰਮ ਨਹੀਂ ਕਰੇਗੀ, ਉੱਥੋਂ ਇਹ ਰਿਟਾਇਰ ਹੋ ਚੁੱਕੀ ਆ। ਸੋ ਕਿਹੜੀਆਂ ਸਟੇਟਮੈਂਟਸ ਕਰੈਕਟ ਨੇ? ਇਹਦੇ 'ਚ ਸਿਰਫ ਔਰ ਸਿਰਫ ਦੋ ਸਟੇਟਮੈਂਟਸ ਕਰੈਕਟ ਆ, ਆਪਸ਼ਨ 2 and 3, ਸਟੇਟਮੈਂਟ 2 and 3, ਬਿਕੋਜ਼ ਜਿਹੜੀ ਫਸਟ ਕਹਿ ਰਹੇ ਨੇ ਕਿ ਕਲਵਰੀ ਕਲਾਸ ਹੈ, ਇਹਨੂੰ ਆਪਣੇ ਇੰਡੀਆ ਦੀ ਹੀ ਮੈਸਗੋਨ ਡੋਕਯਾਰਡ ਲਿਮਿਟਡ ਨੇ ਬਣਾਇਆ ਸੀ, ਤਾਂ ਇਹ ਸਟੇਟਮੈਂਟ ਗਲਤ ਹੈ। ਬਿਕੋਜ਼ ਜਿਹੜੀ INS ਰਾਜਪੂਤ ਹੈ ਉਸਨੂੰ ਆਪਾਂ ਐਕਵਾਇਰ ਕੀਤਾ ਸੀ USSR, ਜਿਹੜਾ ਕਿ ਅੱਜ ਦਾ ਰਸ਼ੀਆ, 1992 ਤੋਂ ਪਹਿਲਾਂ, ਮਤਲਬ 1992 ਤੋਂ ਪਹਿਲਾਂ ਉਹ USSR ਹੁੰਦਾ ਸੀ। ਕਾਫੀ ਜ਼ਿਆਦਾ ਜਿਹੜੀਆਂ ਕੰਟਰੀਜ਼ ਉਸ ਤੋਂ ਬਾਅਦ 92 'ਚ ਉਹ ਤੋਂ ਅਲੱਗ ਹੋ ਗਈਆਂ, ਫਿਰ ਉਹ ਰਸ਼ੀਆ ਅਲੱਗ ਰਹਿ ਗਿਆ, ਯੂਕਰੇਨ ਅਲੱਗ ਹੋ ਗਿਆ, ਇਸ ਤਰ੍ਹਾਂ ਕਾਫੀ ਕੰਟਰੀਜ਼ ਬਣ ਗਈਆਂ। ਤਾਂ ਜਿਹੜਾ ਉਹ USSR ਹੁੰਦਾ ਸੀ ਉਸ ਟਾਈਮ 'ਤੇ ਉਹਨਾਂ ਤੋਂ ਉਹਨਾਂ ਨੇ ਇਹ ਜਿਹੜੀ ਸ਼ਿਪ ਉਸਨੂੰ ਬਣਾਇਆ ਸੀ ਅਤੇ ਆਪਣੀ ਇੰਡੀਆ ਨੂੰ ਦਿੱਤਾ ਸੀਗਾ, ਇੰਡੀਆ ਨੇ ਇਸਨੂੰ 1980 ਵਿੱਚ ਕਮਿਸ਼ਨ ਕੀਤਾ ਸੀ। ਸੋ ਪਹਿਲੀ ਸਟੇਟਮੈਂਟ ਰੋਂਗ ਹੋ ਗਈ, ਦੂਜੀਆਂ ਦੋਨੋਂ ਸਟੇਟਮੈਂਟ ਕਰੈਕਟ ਨੇ, ਬਿਕੋਜ਼ ਇਹ ਇੰਡੀਆ ਦੀ ਪਹਿਲੀ ਡਿਸਟਰੋਇਰ ਕਲਾਸ ਹੈਗੀ ਸੀ, ਸੈਕਿੰਡਲੀ ਇਸਨੂੰ ਡੀਕਮਿਸ਼ਨ ਕਰ ਦਿੱਤਾ ਗਿਆ ਰੀਸੈਂਟਲੀ। ਸੋ ਆਪਸ਼ਨ ਜਿਹੜੀ ਆਪਣੀ ਰਹੇਗੀ ਉਹ ਰਹੇਗੀ ਆਪਸ਼ਨ ਬੀ, 2 and 3 statement only are correct. Option B is the right answer. INS ਰਾਜਪੂਤ ਜਿਹੜੀ ਆ ਉਸਨੂੰ ਕਮਿਸ਼ਨ ਕੀਤਾ ਡੀਕਮਿਸ਼ਨ ਕੀਤਾ ਗਿਆ 21 May ਨੂੰ ਐਟ ਨੇਵਲ ਡੋਕਯਾਰਡ ਵਿਸ਼ਾਖਾਪਟਨਮ। INS ਰਾਜਪੂਤ ਜਿਹੜੀ ਪਹਿਲੀ ਡਿਸਟਰੋਇਡ ਹੈਗੀ ਸੀ ਇੰਡੀਅਨ ਨੇਵੀ ਦੀ, ਐਂਡ INS ਰਾਜਪੂਤ ਦਾ ਲੀਡਰਸ਼ਿਪ ਆਫ ਦਾ ਕਾਸ਼ਿਨ ਕਲਾਸ ਡਿਸਟਰੋਇਰਸ, ਇਹ ਕਲਵਰੀ ਕਲਾਸ ਨਹੀਂ ਆ, ਆਪਾਂ ਨੂੰ ਸਟੇਟਮੈਂਟ 'ਚ ਕਹਿ ਰਿਹਾ ਸੀ ਨਾ ਕਲਾਵਰੀ ਕਲਾਸ, ਉਹ ਤਾਂ INS ਕਲਾਵਰੀ ਅਲੱਗ ਤੋਂ ਇੱਕ ਸ਼ਿਪ ਹੈਗੀ ਆ, ਇਹ ਕਾਸ਼ਿਨ ਕਲਾਸ ਡਿਸਟਰੋਇਰ ਹੈ। ਐਂਡ ਇਸਨੂੰ ਬਣਾਇਆ ਗਿਆ ਸੀ USSR ਦੇ ਦੁਆਰਾ, ਅਤੇ ਕਮਿਸ਼ਨ ਆਪਾਂ ਕਰੋ ਕੀਤਾ 1980 ਦੇ ਟਾਈਮ ਪੀਰੀਅਡ 'ਤੇ ਆਪਾਂ USSR ਤੋਂ ਲੈ ਕੇ ਇਸਨੂੰ ਕਮਿਸ਼ਨ ਕੀਤਾ ਸੀ। ਕੰਸਟਰਕਟ ਕੀਤੀ ਗਈ ਸੀ 61 ਕਮਿੰਡਰੈਟਸ ਸ਼ਿਪਯਾਰਡ ਇਨ ਨਿਕੋਲੇਵ, ਮਤਲਬ ਇਹ ਜਿਹੜੀ ਪ੍ਰੈਜੈਂਟ ਡੇ ਯੂਕਰੇਨ ਆ, ਯੂਕਰੇਨ ਜਿਹੜਾ ਕਿ ਅੱਜ ਦੇ ਟਾਈਮ 'ਤੇ ਰਸ਼ੀਆ ਦਾ ਪਾਰਟ ਹੈ, ਉਹ ਉਸ ਟਾਈਮ 'ਤੇ USSR ਦਾ ਹੀ ਪਾਰਟ ਸੀਗਾ। ਤਾਂ ਸੋਰੀ, ਆਈ ਥਿੰਕ ਸੋ ਮੈਂ ਰਸ਼ੀਆ ਦਾ ਬੋਲਿਆ, ਯੂਕਰੇਨ ਅੱਜ ਜਿਹੜਾ ਯੂਰਪ ਦਾ ਪਾਰਟ ਹੈ, ਠੀਕ ਹੈ, ਉਸ ਟਾਈਮ ਰਸ਼ੀਆ ਦਾ ਪਾਰਟ ਸੀ, ਬਟ ਇਸ ਨੂੰ 1992 ਦੇ ਵਿੱਚ ਇਹ ਅਲੱਗ ਹੋ ਗਿਆ ਯੂਕਰੇਨ। ਤਾਂ ਉਸ ਟਾਈਮ ਦੇ ਯੂਕਰੇਨ ਦੇ ਵਿੱਚ ਇਸਨੂੰ ਬਣਾਇਆ ਗਿਆ ਸੀ, ਇਹਦਾ ਨਾਮ ਉੱਧਰ ਹੈਗਾ ਸੀ ਨਜ਼ੈਨੀ, ਜਿਹਦਾ ਮਤਲਬ ਹੁੰਦਾ ਹੋਪ, ਉਮੀਦ। ਤਾਂ ਉਹਨੂੰ ਆਪਾਂ ਜਿਹੜਾ ਕਮਿਸ਼ਨ ਕੀਤਾ। ਦ ਕੀਲ ਆਫ ਦ ਸ਼ਿਪ ਵਾਜ ਲੇਡ ਇਨ 1976, ਮਤਲਬ 1976 ਦੇ ਵਿੱਚ ਆਪਾਂ ਲੈ ਕੇ ਆਏ, ਫਿਰ 1977 ਦੇ ਵਿੱਚ ਲਾਂਚ ਕੀਤਾ, ਫਿਰ ਫਾਈਨਲੀ ਜਿਹੜਾ ਕਮਿਸ਼ਨ ਕੀਤਾ ਗਿਆ INS ਰਾਜਪੂਤ ਦਾ 1980 ਦੇ ਵਿੱਚ ਜੋਰਜੀਆ ਪੋਟੀ IK ਗੁਜਰਾਲ ਦੇ ਦੁਆਰਾ ਇਸਦਾ ਕੀਤਾ ਗਿਆ। ਸੋ ਇਹ ਕੁਝ ਫੈਕਟ ਹੈਗੇ ਨੇ ਜਿਹੜੇ ਆਪਣੇ ਲਈ ਜ਼ਰੂਰੀ ਹੈਗੇ ਨੇ INS ਰਾਜਪੂਤ ਬਾਰੇ, ਬਿਕੋਜ਼ ਇਹ ਇੰਡੀਆ ਦੀ ਪਹਿਲੀ INS ਡਿਸਟਰੋਇਡ ਹੈਗੀ ਸੀ, ਦੈਟਸ ਵਾਈ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਤੋ ਇਹ ਪਿਕਚਰ ਤੁਸੀਂ ਦੇਖ ਸਕਦੇ ਹੋ INS ਰਾਜਪੂਤ ਦੀ, ਜਿਹੜੀ ਕਿ ਹੁਣ ਪੁਰਾਣੀ ਹੋ ਚੁੱਕੀ ਆ, ਮਤਲਬ ਡੀਕਮਿਸ਼ਨ ਦੀ ਕਗਾਰ 'ਤੇ ਆ। ਪਹਿਲਾਂ ਦੀ ਪਿਕਚਰ ਅਸੀਂ ਤੁਸੀਂ ਦੇਖੋਗੇ ਤਾਂ ਬਹੁਤ ਹੀ ਅੱਛੀ ਦੇਖਣ 'ਚ ਮਿਲਦੀ ਹੈ, ਬਟ ਨਾਓ ਡੀਕਮਿਸ਼ਨ ਹੋਣ ਵਾਲੀ ਆ, ਮਤਲਬ ਕਾਫੀ ਪੁਰਾਣੀ ਹੋ ਚੁੱਕੀ ਹੈ, ਦੈਟਸ ਵਾਈ ਇਹ ਜਿਹੜੀ ਇਸ ਤਰ੍ਹਾਂ ਹੋ ਚੁੱਕੀ ਹੈ। ਨੈਕਸਟ ਆਪਣੇ ਕੋਲ ਕੁਸ਼ਚਨ ਹੈ ਲੈਜਿਸਲੇਟਿਵ ਕਾਊਂਸਲਸ ਬਾਰੇ। ਆਪਣੇ ਜਿਹੜੇ ਇੰਡੀਆ ਦਾ ਸਟਰਕਚਰ ਹੈ ਉਹ ਇੱਕ ਤਾਂ ਯੂਨੀਅਨ, ਆਪਣੀ ਜਿਹੜੀ ਯੂਨੀਅਨ ਲੈਵਲ ਆ, ਮਤਲਬ ਸੈਂਟਰ ਲੈਵਲ 'ਤੇ 3 ਚੀਜ਼ਾਂ ਹੁੰਦੀਆਂ ਨੇ, ਪਾਰਲੀਮੈਂਟ ਦੇ ਵਿੱਚ ਲੋਕ ਸਭਾ, ਰਾਜ ਸਭਾ, ਅਤੇ ਉਹਦਾ ਇੱਕ ਇੰਟਰਗਰਲ ਪਾਰਟ ਹੁੰਦਾ ਪ੍ਰੈਜ਼ੀਡੈਂਟ, ਤਿੰਨੋਂ ਮਿਲ ਕੇ ਪਾਰਲੀਮੈਂਟ ਬਣਾਉਂਦੇ ਆ ਅੰਡਰ ਆਰਟੀਕਲ 79 ਆਫ ਇੰਡੀਅਨ ਕੋਨਸਟੀਟਿਊਸ਼ਨ। ਸੈਕਿੰਡਲੀ ਆਪਣੇ ਜਿਹੜੀਆਂ ਸਟੇਟਸ ਨੇ, ਕਿਉਂਕਿ ਜਿਹੜਾ ਇੰਡੀਆ ਦਾ ਸਟਰਕਚਰ ਹੈ ਉਹ ਫੈਡਰਲ ਵੀ ਹੈ ਅਤੇ ਯੂਨੀਟਰੀ ਵੀ ਆ। ਫੈਡਰਲ ਮਤਲਬ ਕਿ ਇੰਡੀਆ ਦੀਆਂ ਜਿਹੜੀਆਂ ਸਟੇਟਸ ਨੇ ਉਹ ਆਪਦੇ ਤੌਰ 'ਤੇ ਆਪਦੀ ਜਿਹੜੀ ਸਟੇਟ ਅਸੈਂਬਲੀ ਚਲਾਉਂਦੀਆਂ ਨੇ, ਠੀਕ ਹੈ, ਬਟ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮੈਟਰ ਹੋਵੇ ਕਿ ਸੈਂਟਰ ਦੇ ਇੰਟਰਸਟ ਦਾ, ਤਾਂ ਥੋੜ੍ਹਾ ਜਿਹਾ ਇਹ ਯੂਨੀਟਰੀ ਟਿਲਟ ਹੋ ਜਾਂਦਾ। ਤਾਂ ਇਹ ਜਿਹੜਾ ਸਟਰਕਚਰ ਹੈ ਆਪਣੇ ਇੰਡੀਆ ਦਾ ਅਡੋਪਟ ਕੀਤਾ ਗਿਆ ਸੀ, ਬਾਇਕੈਮਰਲਿਜ਼ਮ ਵੀ ਹੈ ਅਤੇ ਯੂਨੀਕੈਮਰਲਿਜ਼ਮ ਵੀ ਹੈ, ਮਤਲਬ ਸਟੇਟਸ ਦੇ ਵਿੱਚ ਇੱਕ ਹਾਊਸ ਵੀ ਹੋ ਸਕਦਾ ਅਤੇ ਦੋਨੋਂ ਹਾਊਸ ਵੀ ਹੋ ਸਕਦੇ ਨੇ। ਇੱਕ ਤਾਂ ਕਹਿੰਦੇ ਹਾਂ ਆਪਾਂ ਵਿਧਾਨ ਪਰਿਸ਼ਦ, ਇੱਕ ਹੁੰਦੀ ਹੈ ਵਿਧਾਨ ਸਭਾ। ਵਿਧਾਨ ਸਭਾ ਤਾਂ ਹਰ ਇੱਕ ਸਟੇਟ ਦੇ ਵਿੱਚ ਹੁੰਦੀ ਹੈ, ਜਿਵੇਂ ਕਿ ਆਪਣੇ ਪੰਜਾਬ ਦੀ ਵਿਧਾਨ ਸਭਾ ਹੈਗੀ ਆ, ਬਟ ਆਪਣੇ ਕੋਲ ਵਿਧਾਨ ਪਰਿਸ਼ਦ ਨਹੀਂ ਹੈਗੀ। ਉਸ ਤਰ੍ਹਾਂ ਅਲੱਗ ਅਲੱਗ ਸਾਰੀਆਂ ਸਟੇਟਸ ਦੇ ਵਿੱਚ ਵਿਧਾਨ ਸਭਾ ਦਾ ਹੋਣਾ ਜ਼ਰੂਰੀ ਹੈ, ਮਤਲਬ ਲੈਜਿਸਲੇਟਿਵ ਅਸੈਂਬਲੀ ਦਾ ਹੋਣਾ ਜ਼ਰੂਰੀ ਆ। ਲੈਜਿਸਲੇਟਿਵ ਜਿਹੜੀ ਕਾਊਂਸਲ ਹੈ
ਉਹ ਹੋ ਵੀ ਸਕਦੀ ਹੈ ਅਤੇ ਨਹੀਂ ਵੀ ਹੋ ਸਕਦੀ। ਉਹ ਡਿਪੈਂਡ ਕਰਦਾ ਉਸ ਰਾਜ ਦੇ, ਉਹਦੇ ਕੋਲ ਕਿੰਨੇ ਕੁ ਸੋਰਸਿਸ ਨੇ, ਉਹਦੀ ਕਿੰਨੀ ਕੁ ਪਾਪੂਲੇਸ਼ਨ ਹੈ, ਉਸ 'ਤੇ ਡਿਪੈਂਡ ਕਰਦਾ ਕਿ ਉਹ ਲੈਜਿਸਲੇਟਿਵ ਕਾਊਂਸਲ ਮਤਲਬ ਸੈਕਿੰਡ ਹਾਊਸ ਬਣਾ ਰਿਹਾ ਜਾਂ ਨਹੀਂ ਬਣਾ ਰਹੇ। ਸੋ ਰੀਸੈਂਟਲੀ ਜਿਹੜੀ ਇੱਕ ਸਟੇਟ ਹੈ ਵੈਸਟ ਬੰਗਾਲ, ਤਾਂ ਉਹਨਾਂ ਨੇ ਅਨਾਊਂਸ ਕੀਤਾ ਕਿ ਉਹ ਆਪਣੀ ਜਿਹੜੀ ਲੈਜਿਸਲੇਟਿਵ ਕਾਊਂਸਲ ਹੈ ਉਸਨੂੰ ਬਣਾਉਣ ਜਾ ਰਿਹਾ। ਮੋਸਟਲੀ ਲੈਜਿਸਲੇਟਿਵ ਕਾਊਂਸਲ ਜਿਹੜੀ ਆ ਉਹਨੂੰ ਕੰਪੇਅਰ ਕੀਤਾ ਜਾਂਦਾ ਰਾਜ ਸਭਾ ਦੇ ਨਾਲ, ਬਿਕੋਜ਼ ਰਾਜ ਸਭਾ ਦੇ ਤਰ੍ਹਾਂ ਹੀ ਹੁੰਦੀ ਹੈ। ਬਟ ਰਾਜ ਸਭਾ ਸੈਕੰਡਰੀ ਹਾਊਸ ਨਹੀਂ ਆ, ਲੈਜਿਸਲੇਟਿਵ ਕਾਊਂਸਲ ਸੈਕੰਡਰੀ ਹਾਊਸ ਹੈ, ਕਿਉਂਕਿ ਰਾਜ ਸਭਾ ਨੂੰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ, ਬਟ ਲੈਜਿਸਲੇਟਿਵ ਕਾਊਂਸਲ ਜਿਹੜੀ ਆ ਉਹ ਖਤਮ ਹੋ ਸਕਦੀ ਹੈ। ਜਿਹੜਾ ਸਟੇਟ ਲੈਜਿਸਲੇਚਰ ਆ, ਮਤਲਬ ਜਿਹੜਾ ਰਾਜ ਦਾ ਲੈਜਿਸਲੇਚਰ ਹੈਗਾ ਹੈ ਕਿਸੇ ਦਾ ਵੀ, ਉਹ ਆਪਣੇ ਕਾਨੂੰਨ ਪਾਸ ਕਰਕੇ ਵਿਦ ਸਪੈਸ਼ਲ ਮੈਜੋਰਟੀ ਸੈਂਟਰ ਨੂੰ ਭੇਜੇਗਾ, ਦੈਨ ਪਾਰਲੀਮੈਂਟ ਅਪਰੂਵ ਕਰੇਗੀ ਕਿ ਉਹਨਾਂ ਨੇ ਇਹਨਾਂ ਦਾ ਜਿਹੜਾ ਕਾਊਂਸਲ ਹੈ ਉਹ ਬਣਾਉਣਾ ਹੈ ਜਾਂ ਨਹੀਂ ਬਣਾਉਣਾ। ਸੋ ਇਹ ਸਭ ਚੀਜ਼ਾਂ ਨਿਊਜ਼ ਦੇ ਚੱਲ ਰਹੀਆਂ, ਬਿਕੋਜ਼ ਸਿਰਫ ਇੱਕ ਚੀਜ਼ ਨਿਊਜ਼ ਦੇ ਵਿੱਚ ਆਈ ਹੈ ਕਿ ਵੈਸਟ ਬੰਗਾਲ ਨੇ ਲੈਜਿਸਲੇਟਿਵ ਕਾਊਂਸਲ ਬਣਾਉਣੀ ਹੈ। ਬਟ ਉਹਦੀ ਜਿਹੜੀ ਬੈਕਗਰਾਊਂਡ ਸਾਰੀ ਇਨਫੋਰਮੇਸ਼ਨ ਆ ਆਪਣੇ ਲਈ ਉਹ ਜ਼ਰੂਰੀ ਹੋ ਜਾਂਦੀ ਹੈ, ਬਿਕੋਜ਼ ਪੇਪਰ ਦੇ ਵਿੱਚ ਆਪਾਂ ਨੂੰ ਹਰ ਇੱਕ ਸੈਕਸ਼ਨ ਦੇ ਵਿੱਚ ਕਰੰਟ ਦੇ ਨਾਲ ਜੋੜ ਕੇ ਟੋਪਿਕ ਪੁੱਛੇ ਰਹਿੰਦਾ, ਜਿਵੇਂ ਕਿ ਇਹ ਇੱਕ ਪੋਲਿਟੀ ਦਾ ਟੋਪਿਕ ਹੈ ਤਾਂ ਪੋਲਿਟੀ ਦੇ ਵਿੱਚ ਇੰਪੋਰਟੈਂਟ ਕੁਸ਼ਚਨ ਬਣ ਸਕਦਾ ਲੈਜਿਸਲੇਟਿਵ ਕਾਊਂਸਲਸ ਬਾਰੇ। ਤਾਂ ਆਪਾਂ ਰਸਣਾ ਕਿਹੜੀ ਸਟੇਟਮੈਂਟ ਕਰੈਕਟ ਆ? ਫਸਟ ਸਟੇਟਮੈਂਟ ਦੇ ਵਿੱਚ ਕਹਿ ਰਿਹਾ ਕਿ ਲੈਜਿਸਲੇਟਿਵ ਜਿਹੜੀ ਅਸੈਂਬਲੀ ਆ ਉਹ ਕ੍ਰੀਏਟ ਕਰ ਸਕਦੀ ਆ ਅਪਰ ਹਾਊਸ ਮਤਲਬ ਲੈਜਿਸਲੇਟਿਵ ਕਾਊਂਸਲ ਨੂੰ ਇਨ ਦਾ ਸਟੇਟ ਲੈਜਿਸਲੇਚਰ ਬਾਈ ਪਾਸਿੰਗ ਆ ਰੈਜੂਲੇਸ਼ਨ ਟੂ ਦੈਟ ਇਫੈਕਟ ਦੈ ਵਿਦ ਸਿੰਪਲ ਮੈਜੋਰਟੀ, ਕਿ ਸਿਰਫ ਔਰ ਸਿਰਫ ਸਿੰਪਲੀ ਮੈਜੋਰਟੀ। ਸਿੰਪਲ ਮੈਜੋਰਟੀ ਦਾ ਮਤਲਬ ਹੁੰਦਾ ਕਿ ਜਿੰਨੇ ਵੀ ਉਹਦੇ ਟੋਟਲ ਮੈਂਬਰ ਹੈਗੇ ਨੇ, ਜਿੰਨੇ ਮਤਲਬ ਉਹਦੇ ਉਸ ਟਾਈਮ ਮੈਂਬਰ ਹੈਗੇ ਨੇ ਉਹਨਾਂ ਦੀ ਮੈਜੋਰਟੀ। ਮੰਨ ਲਓ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਉਸ ਟਾਈਮ 100 ਬੰਦਾ ਬੈਠਾ, ਠੀਕ ਹੈ, ਵੈਸੇ ਚਾਹੇ ਕਿੰਨੇ ਵੀ ਹੋਣ, ਟੋਟਲ ਸਟਰੈਂਥ ਚਾਹੇ 150 ਹੋਵੇ, ਬਟ ਉਸ ਟਾਈਮ 'ਤੇ ਪ੍ਰੈਜੈਂਟ ਵੋਟਿੰਗ ਕਿੰਨੇ ਆ? 100 ਬੰਦੇ ਬੈਠੇ ਆ। 100 'ਚੋਂ 50+1 ਮਤਲਬ ਮੈਜੋਰਟੀ ਜਦੋਂ ਇਸਨੂੰ ਸਾਈਨ ਕਰ ਦੇਗੀ ਕਹਿੰਦੇ ਉਦੋਂ ਇਹ ਬਣ ਸਕਦੀ ਆ। ਬਟ ਇਹ ਕੰਡੀਸ਼ਨ ਗਲਤ ਹੈ, ਬਿਕੋਜ਼ ਸਟੇਟ ਨੂੰ ਇਹ ਰੈਜੂਲੇਸ਼ਨ ਪਾਸ ਕਰਨਾ ਪੈਂਦਾ ਸਪੈਸ਼ਲ ਮੈਜੋਰਟੀ। ਸਪੈਸ਼ਲ ਮੈਜੋਰਟੀ ਦਾ ਮਤਲਬ ਹੁੰਦਾ 2/3, 2/3 ਆਫ ਪ੍ਰੈਜੈਂਟ ਐਂਡ ਵੋਟਿੰਗ, ਠੀਕ ਹੈ। ਤਾਂ ਇਹ ਸਟੇਟਮੈਂਟ ਗਲਤ ਹੋ ਗਈ। ਸੈਕਿੰਡ ਵਿੱਚ ਕਹਿ ਰਿਹਾ ਕਿ ਜਿਹੜੀ ਲੈਜਿਸਲੇਟਿਵ ਕਾਊਂਸਲ ਹੈ ਕਿਸੇ ਵੀ ਸਟੇਟ ਦੀ, ਇਟ ਸ਼ੈਲ ਨੋਟ ਹੈਵ ਮੋਰ ਦੈਨ 1/3 ਆਫ ਦਾ ਟੋਟਲ ਸਟਰੈਂਥ ਆਫ ਦਾ ਸਟੇਟ ਲੈਜਿਸਲੇਟਿਵ ਅਸੈਂਬਲੀ ਐਂਡ ਨੋਟ ਲੈਸ ਦੈਨ 40 ਮੈਂਬਰਸ, ਕਿ ਜਿਹੜੀ ਲੈਜਿਸਲੇਟਿਵ ਕਾਊਂਸਲ ਬਣਾਈ ਜਾਂਦੀ ਹੈ ਕਿਸੇ ਵੀ ਸਟੇਟ ਦੇ ਵਿੱਚ, ਮਤਲਬ ਵਿਧਾਨ ਪਰਿਸ਼ਦ ਬਣਾਇਆ ਜਾਂਦਾ, ਤਾਂ ਉਹਦੇ ਵਿੱਚ ਕਿੰਨੇ ਮੈਂਬਰ ਹੋਣੇ ਚਾਹੀਦੇ ਆ? ਮੰਨ ਲਓ ਪੰਜਾਬ ਦੇ ਵਿਧਾਨ ਜਿਹੜੇ ਸਭਾ ਹੈ ਉਹਦੇ ਵਿੱਚ 100 ਮੈਂਬਰ ਨੇ, ਉਹ 100 ਮੈਂਬਰ ਹੈਗੇ ਨੇ ਵਿਧਾਨ ਸਭਾ ਦੇ ਵਿੱਚ ਨਾ। ਉਹ ਅਗਰ ਆਪਾਂ ਵਿਧਾਨ ਪਰਿਸ਼ਦ ਬਣਾਉਣੀ ਆ ਤਾਂ ਉਸ ਵਿਧਾਨ ਸਭਾ ਵਿੱਚ, ਉਹ ਵਿਧਾਨ ਪਰਿਸ਼ਦ ਵਿੱਚ 1/3 ਆਫ ਲੈਜਿਸਲੇਟਿਵ ਅਸੈਂਬਲੀ ਮਤਲਬ ਵਿਧਾਨ ਸਭਾ ਦੇ ਮੈਂਬਰਸ ਹੋਣੇ ਚਾਹੀਦੇ, ਮਤਲਬ 100 ਦਾ ਤੀਜਾ ਹਿੱਸਾ 1/3 ਕਰਾਂਗੇ ਤਾਂ ਉਨੇ ਮੈਂਬਰ ਹੋਣੇ ਚਾਹੀਦੇ ਨੇ ਕਿਸ ਦੇ ਵਿੱਚ? ਲੈਜਿਸਲੇਟਿਵ ਕਾਊਂਸਲ ਦੇ ਵਿੱਚ ਇਹ ਲਿਮਿਟ ਰੱਖੀ ਗਈ ਆ। ਐਂਡ ਉਹ ਕਹਿੰਦੇ ਹੁਣ ਦੇਖੋ ਮੈਂ ਤੁਹਾਨੂੰ ਕਿਹਾ ਕਿ ਪੰਜਾਬ ਦੇ ਮੰਨ ਲਓ ਜਿਹੜੀ ਆਪਣੀ ਵਿਧਾਨ ਸਭਾ ਹੈ ਉਹਦੇ ਵਿੱਚ 100 ਮੈਂਬਰ ਆ, ਉਹਦਾ ਤੀਜਾ ਹਿੱਸਾ ਕੀ ਹੋ ਜਾਏਗਾ? 33 ਦੇ ਨੀਅਰ ਅਬਾਊਟ ਹੋਏਗਾ, ਤਾਂ ਉਹਨੇ ਲੈਜਿਸਲੇਟਿਵ ਕਾਊਂਸਲ ਦੇ ਵਿੱਚ ਹੋਣ। ਬਟ ਇਹ ਕਹਿੰਦੇ ਵੀ ਇਹ ਬਹੁਤ ਘੱਟ ਹੈ, ਪ੍ਰੋਪਰ ਰੈਪ੍ਰਜੈਂਟੇਸ਼ਨ ਨਹੀਂ ਹੋ ਪਾਏਗੀ, ਤਾਂ ਉਹ ਕਹਿੰਦੇ ਘੱਟ ਤੋਂ ਘੱਟ 40 ਮੈਂਬਰ ਹੋਣੇ ਜ਼ਰੂਰੀ ਆ। ਮਤਲਬ ਅਗਰ ਕਿਸੇ ਵੀ ਸਟੇਟ ਨੇ ਆਪਦੀ ਲੈਜਿਸਲੇਟਿਵ ਕਾਊਂਸਲ ਬਣਾਉਣੀ ਆ, ਦੋ ਕੰਡੀਸ਼ਨ ਫੁਲਫਿਲ ਕਰਨੀਆਂ ਪੈਣਗੀਆਂ, ਘੱਟ ਤੋਂ ਘੱਟ 40 ਮੈਂਬਰ ਰੱਖਣੇ ਆ, ਅਤੇ ਇਹ ਵੀ ਨਹੀਂ ਆ ਕਿ ਵਧਾ ਵਧਾ ਕੇ ਉਹ ਵਾਧੂ ਸਾਰੇ ਲੈ ਜਾਣ। ਉਹਨਾਂ ਨੂੰ ਮੈਕਸੀਮਮ ਲਿਮਿਟ ਇਹ ਆ ਕਿ ਜਿੰਨੀ ਵੀ ਉਹਨਾਂ ਦੀ ਲੈਜਿਸਲੇਟਿਵ ਅਸੈਂਬਲੀ ਆ ਉਹਦਾ 1/3 ਹਿੱਸਾ ਹੀ ਹੋਣਾ ਚਾਹੀਦਾ ਲੈਜਿਸਲੇਟਿਵ ਕਾਊਂਸਲ ਦੇ ਵਿੱਚ। ਸੋ ਸੈਕਿੰਡ ਸਟੇਟਮੈਂਟ ਬਿਲਕੁਲ ਕਰੈਕਟ ਆ, ਫਸਟ ਸਟੇਟਮੈਂਟ ਬਿਲਕੁਲ ਇਨਕਰੈਕਟ ਆ, ਬਿਕੋਜ਼ ਜਿਹੜੀ ਸਿੰਪਲ ਮੈਜੋਰਟੀ ਹੁੰਦੀ ਆ ਉਹ ਪਾਰਲੀਮੈਂਟ ਦੀ ਹੁੰਦੀ ਆ, ਜਿਹੜੀ ਵਿਧਾਨ ਸਭਾ ਹੈ ਉਸਦੀ ਸਪੈਸ਼ਲ ਮੈਜੋਰਟੀ ਲੱਗਦੀ ਹੈ ਜਦੋਂ ਕਿ ਆਪਾਂ ਸਟੇਟ ਦੇ ਵਿੱਚ ਲੈਜਿਸਲੇਟਿਵ ਕਾਊਂਸਲ ਬਣਾਉਣੀ ਆ ਜਾਂ ਫਿਰ ਉਸਨੂੰ ਅਬੋਲਿਸ਼ ਕਰਨਾ, ਕਿਉਂਕਿ ਦੋਨੋਂ ਹੀ ਕੰਡੀਸ਼ਨ ਹੋ ਸਕਦੀਆਂ ਨੇ। ਮੰਨ ਲਓ ਕਿਸੇ ਸਟੇਟ ਵਿੱਚ ਪਹਿਲਾਂ ਹੀ ਲੈਜਿਸਲੇਟਿਵ ਕਾਊਂਸਲ ਹੈਗੀ ਸੀ, ਵਿਧਾਨ ਪਰਿਸ਼ਦ ਹੈਗਾ ਸੀ, ਅਤੇ ਸਟੇਟ ਨੂੰ ਲੱਗਦਾ ਕਿ ਵਾਧੂ ਦੇ ਖਰਚੇ ਹੋ ਰਹੇ ਆ ਸਾਰੇ ਹਾਊਸ ਨੂੰ ਮੇਨਟੇਨ ਕਰਨ 'ਤੇ, ਜਾਂ ਫਿਰ ਕੋਈ ਬਿੱਲ ਅਗਰ ਪਾਸ ਹੋਣਾ ਕਿ ਤੇਰਾ ਸਿੱਧਾ ਅਸੈਂਬਲੀ ਨੇ ਪਾਸ ਕਰਨ ਦੇਣਾ, ਪਲੱਸ ਕਿੱਥੇ ਦੋਨੋਂ ਹਾਊਸਿਸ ਕੋਲ ਜਾਣਾ ਤਾਂ ਟਾਈਮ ਵੀ ਕੰਜ਼ਿਊਮ ਹੁੰਦਾ ਨਾ, ਤਾਂ ਉਹਨਾਂ ਨੂੰ ਲੱਗਦਾ ਤਾਂ ਉਹ ਆਪਣੀ ਜਿਹੜੀ ਐਗਜਿਸਟਿੰਗ ਲੈਜਿਸਲੇਟਿਵ ਕਾਊਂਸਲ ਹੈ ਉਸਨੂੰ ਅਬੋਲਿਸ਼ ਵੀ ਕਰ ਸਕਦੀ ਆ। ਇਹ ਸਾਰੀਆਂ ਕੰਡੀਸ਼ਨ ਜਿਹੜੀਆਂ ਆਰਟੀਕਲ 169 ਆਫ ਇੰਡੀਅਨ ਕੌਨਸਟੀਟਿਊਸ਼ਨ ਦੇ ਅੰਡਰ ਮੈਂਸ਼ਨ ਹੈਗੀਆਂ ਨੇ। ਅਗਰ ਤੁਸੀਂ ਪੋਲੀਟਿਕ ਕਰੀ ਤੁਹਾਨੂੰ ਇਹ ਕੁਸ਼ਚਨ ਚੰਗੀ ਤਰ੍ਹਾਂ ਆਉਂਦੇ ਹੋਣਗੇ। ਸੋ ਇਹ ਕੁਛ ਇੱਦਾਂ ਦੀਆਂ ਸਟੇਟਸ ਨੇ ਜਿਹੜੀਆਂ ਆਲਰੇਡੀ ਅਬੋਲਿਸ਼ ਕਰ ਚੁੱਕੀਆਂ ਨੇ ਆਪਣੀ ਜਿਹੜੀ ਲੈਜਿਸਲੇਟਿਵ ਕਾਊਂਸਲ ਨੂੰ, ਜਿਵੇਂ ਕਿ ਆਂਧਰਾ ਪ੍ਰਦੇਸ਼ ਨੇ ਪਿਛਲੇ ਸਾਲ ਹੀ ਕਿਹਾ ਸੀ, ਆਈ ਥਿੰਕ ਸੋ ਇਸੇ ਸਾਲ ਕੁਛ ਟਾਈਮ ਪਹਿਲਾਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਅਸੀਂ ਆਪਣੀ ਲੈਜਿਸਲੇਟਿਵ ਕਾਊਂਸਲ ਨੂੰ ਖਤਮ ਕਰਨਾ ਚਾਹੁੰਦੇ ਹਾਂ। ਬਟ ਫਾਈਨਲ ਡਿਸੀਜ਼ਨ ਪਾਰਲੀਮੈਂਟ ਦਾ ਹੁੰਦਾ ਕਿ ਉਹ ਖਤਮ ਕਰਨਾ ਚਾਹੁੰਦੇ ਨੇ ਜਾਂ ਫਿਰ ਕਿਸੇ ਸਟੇਟ ਦੇ ਵਿੱਚ ਕੀ ਉਹ ਲੈਜਿਸਲੇਟਿਵ ਕਾਊਂਸਲ ਬਣਾਉਣਾ ਚਾਹੁੰਦੇ ਨੇ। ਸਟੇਟਸ ਨੇ ਤਾਂ ਕਹਿਤਾ, ਬਟ ਫਾਈਨਲ ਡਿਸੀਜ਼ਨ ਪਾਰਲੀਮੈਂਟ ਦਾ ਹੁੰਦਾ। ਇਸੇ ਕਰਕੇ ਕਈ ਸਟੇਟਸ ਜਿਹੜੇ ਇਹ ਡਿਸੀਜ਼ਨ ਹੁੰਦੇ ਆ ਨਾ ਕਿ ਅਸੀਂ ਇਹ ਕਾਊਂਸਲ ਬਣਾਉਣੀ ਹੈ ਜਾਂ ਫਿਰ ਅਸੀਂ ਅਬੋਲਿਸ਼ ਕਰਨੀ ਆ, ਉਹ ਪਾਰਲੀਮੈਂਟ ਦੇ ਸਾਹਮਣੇ ਪਏ ਰਹਿੰਦੇ ਨੇ ਕਾਫੀ ਟਾਈਮ ਤੱਕ, ਬਟ ਉਹ ਪ੍ਰੋਪਰਲੀ ਉਹਨਾਂ ਦਾ ਸੋਲਿਊਸ਼ਨ ਨਹੀਂ ਹੋ ਪਾਉਂਦਾ। ਸੋ ਇਸ ਕੁਸ਼ਚਨ ਦੀ ਅਗਰ ਆਪਾਂ ਗੱਲ ਕਰੀਏ ਆਪਣੇ ਕੋਲ ਓਨਲੀ ਸੈਕਿੰਡ ਸਟੇਟਮੈਂਟ ਕਰੈਕਟ ਆ, ਤਾਂ ਆਪਸ਼ਨ ਕਿਹੜੀ ਹੋਏਗੀ? ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਸੈਕਿੰਡ
ਆਰਟੀਕਲ 169 ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਇੰਡੀਅਨ ਕੋਨਸਟੀਟਿਊਸ਼ਨ ਜਿਹੜਾ ਹੈ ਉਹਦਾ ਆਰਟੀਕਲ ਨੰਬਰ 169 ਜਿਹੜਾ ਹੈ ਉਹ ਗੱਲ ਕਰਦਾ ਕਿ ਜਿਹੜੀ ਪਾਰਲੀਮੈਂਟ ਆ ਉਹ ਲੈਜਿਸਲੇਟਿਵ ਕਾਊਂਸਲ ਨੂੰ ਅਬੋਲਿਸ਼ ਕਰ ਸਕਦੀ ਹੈ, ਮਤਲਬ ਹਟਾ ਸਕਦੀ ਹੈ ਜੇ ਉਹ ਪਹਿਲਾਂ ਹੀ ਕਿਸੇ ਸਟੇਟ ਵਿੱਚ ਹੈਗੀ ਆ, ਪਲੱਸ ਅਗਰ ਕਿਸੇ ਸਟੇਟ ਵਿੱਚ ਨਹੀਂ ਹੈਗੀ ਤਾਂ ਉਸਨੂੰ ਬਣਾ ਵੀ ਸਕਦੀ ਹੈ। ਯਾਦ ਰੱਖਣਾ ਪਾਰਲੀਮੈਂਟ ਦਾ ਡਿਸੀਜ਼ਨ ਫਾਈਨਲ ਹੁੰਦਾ, ਪਾਰਲੀਮੈਂਟ ਸਿਰਫ ਔਰ ਸਿਰਫ ਸਿੰਪਲ ਮੈਜੋਰਟੀ ਨਾਲ ਉਹ ਚੀਜ਼ ਪਾਸ ਕਰ ਸਕਦੀ ਹੈ, ਬਟ ਪਹਿਲਾਂ ਕੌਣ ਇਸਦਾ ਜਿਹੜਾ ਰੈਕਮੈਂਡੇਸ਼ਨ ਦਾ ਪਹਿਲਾਂ ਦਿੰਦਾ ਉਸ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ। ਇੱਕ ਐਗਜ਼ਾਮਪਲ ਦੇਖ ਕੇ ਸਮਝਦੇ ਹਾਂ ਕਿ ਮੰਨ ਲਓ ਪੰਜਾਬ ਹੈ, ਪੰਜਾਬ ਦੇ ਵਿੱਚ ਇਸ ਟਾਈਮ ਲੈਜਿਸਲੇਟਿਵ ਕਾਊਂਸਲ ਨਹੀਂ ਹੈਗੀ, ਆਪਣੇ ਕੋਲ ਸਿਰਫ ਔਰ ਸਿਰਫ ਲੈਜਿਸਲੇਟਿਵ ਅਸੈਂਬਲੀ ਆ, ਤਾਂ ਆਪਾਂ ਨੂੰ ਅਗਰ ਜ਼ਰੂਰਤ ਫੀਲ ਹੋਵੇ ਕਿ ਸਾਡੀ ਇੰਨੀ ਪਾਪੂਲੇਸ਼ਨ ਹੋ ਚੁੱਕੀ ਹੈ ਕਿ ਜਿਹੜੀ ਮੈਕਸੀਮਮ ਕ੍ਰਾਈਟੀਰੀਆ ਫੁਲਫਿਲ ਕਰਦੀ ਹੈ, ਨਾ ਉਹ ਸਾਡੇ ਕੋਲ ਇੱਕ ਕਾਊਂਸਲ ਹੋਣੀ ਚਾਹੀਦੀ ਹੈ, ਪਲੱਸ ਸਾਡੇ ਕੋਲ ਇੰਨੇ ਪੈਸੇ ਵੀ ਹੈਗੇ ਕਿ ਅਸੀਂ ਇੱਕ ਜਿਹੜੀ ਇੱਕ ਹੋਰ ਹਾਊਸ ਦਾ ਖਰਚਾ ਮੇਨਟੇਨ ਕਰ ਲਈਏ, ਤਾਂ ਆਪਣੀ ਜਿਹੜੀ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਆ ਉਹ ਇੱਕ ਬਿੱਲ ਪਾਸ ਕਰੇਗੀ ਲੈਜਿਸਲੇਟਿਵ ਕਾਊਂਸਲ ਨੂੰ ਬਣਾਉਣ ਦੇ ਲਈ। ਉਹਨਾਂ ਦੀ ਜਦੋਂ ਉਹ ਬਿੱਲ ਪਾਸ ਹੋਏਗਾ ਤਾਂ ਆਪਣੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਮਤਲਬ ਵਿਧਾਨ ਸਭਾ ਦੇ ਵਿੱਚ ਉਹਦੇ ਜਿਹੜੇ ਸਪੈਸ਼ਲ ਮੈਜੋਰਟੀ ਮਤਲਬ ਦੋ ਤਿਹਾਈ ਮੈਂਬਰਸ ਦਾ ਉਸਨੂੰ ਸਾਈਨ ਕਰਨਾ ਜ਼ਰੂਰੀ ਹੈ। ਜਦੋਂ ਦੋ ਤਿਹਾਈ ਮੈਂਬਰ ਨੇ ਸਾਈਨ ਕਰਤਾ ਤਾਂ ਉਸ ਤੋਂ ਬਾਅਦ ਉਹ ਚੀਜ਼ ਉਹ ਬਿੱਲ ਜਾਏਗਾ ਪਾਰਲੀਮੈਂਟ ਕੋਲੇ, ਨਾ ਉਹ ਪਾਰਲੀਮੈਂਟ ਦੇਖੇਗਾ ਉਸ ਚੀਜ਼ ਨੂੰ ਸਟੱਡੀ ਕਰੇਗਾ ਕਿ ਕੀ ਪੰਜਾਬ ਨੂੰ ਜ਼ਰੂਰਤ ਹੈਗੀ ਆ ਲੈਜਿਸਲੇਟਿਵ ਕਾਊਂਸਲ ਦੀ ਮਤਲਬ ਵਿਧਾਨ ਪਰਿਸ਼ਦ ਬਣਾਉਣ ਦੀ। ਫਿਰ ਉਸ ਤੋਂ ਬਾਅਦ ਅਗਰ ਉਹਨਾਂ ਨੂੰ ਲੱਗਿਆ ਕਿ ਹਾਂ ਠੀਕ ਹੈ ਬਣਾ ਦੇਣਾ ਚਾਹੀਦਾ, ਤਾਂ ਫਿਰ ਵਿਧਾਨ ਜਿਹੜੀ ਆਪਣੀ ਲੋਕ ਸਭਾ ਹੈ ਉਸਦੀ ਸਿਰਫ ਔਰ ਸਿਰਫ ਸਿੰਪਲ ਮੈਜੋਰਟੀ ਮਤਲਬ ਜਿੰਨੇ ਮੈਂਬਰ ਉਸ ਟਾਈਮ 'ਤੇ ਬੈਠੇ ਹੋਏ ਉਹਨਾਂ ਮੈਂਬਰਸ ਦਾ ਜੋ 50% ਪਲੱਸ 1 ਮਤਲਬ ਮੈਜੋਰਟੀ ਸਿੰਪਲ ਮੈਜੋਰਟੀ ਸਾਈਨ ਕਰਦੇ ਤਾਂ ਉਦੋਂ ਇਹ ਜਿਹੜੀ ਆਪਣੀ ਲੈਜਿਸਲੇਟਿਵ ਕਾਊਂਸਲ ਬਣ ਜਾਏਗੀ। ਸੋ ਦੋ ਚੀਜ਼ਾਂ ਇੰਪੋਰਟੈਂਟ ਨੇ, ਜਿਹੜੀ ਵੀ ਸਟੇਟ ਨੇ ਬਣਾਉਣਾ ਉੱਥੋਂ ਦੀ ਜਿਹੜੀ ਵਿਧਾਨ ਸਭਾ ਹੈ ਉਹ ਉਸਨੂੰ ਸਾਈਨ ਕਰੇ ਸਪੈਸ਼ਲ ਮੈਜੋਰਟੀ ਨਾਲ, ਉਸ ਵਾਰ ਪਾਰਲੀਮੈਂਟ ਕੋਲ ਜਾਏਗਾ, ਨਾ ਉਹ ਪਾਰਲੀਮੈਂਟ ਅਗਰ ਸੈਟਿਸਫਾਈਡ ਹੈ ਕਿ ਹਾਂ ਹੋਣੀ ਚਾਹੀਦੀ ਹੈ ਤਾਂ ਪਾਰਲੀਮੈਂਟ ਕੋਲ ਸਿਰਫ ਔਰ ਸਿਰਫ ਸਿੰਪਲ ਮੈਜੋਰਟੀ ਲੱਗਦੀ ਹੈ, ਬਟ ਐਂਡ ਡਿਸੀਜ਼ਨ ਪਾਰਲੀਮੈਂਟ ਦਾ ਹੀ ਹੁੰਦਾ ਕਿ ਉਹਨਾਂ ਨੇ ਬਣਾਉਣੀ ਹੈ ਆਪਣੀ ਜਿਹੜੀ ਵਿਧਾਨ ਪਰਿਸ਼ਦ ਹੈ ਜਾਂ ਫਿਰ ਨਹੀਂ ਬਣਾਉਣੀ। ਇਹ ਸਭ ਕੁਛ ਕੌਣ ਕਹਿੰਦਾ ਹੈ? ਇਹ ਸਭ ਕੁਛ ਕਹਿੰਦਾ ਹੈ ਆਰਟੀਕਲ ਨੰਬਰ 169 ਆਫ ਇੰਡੀਅਨ ਕੋਨਸਟੀਟਿਊਸ਼ਨ। ਤੋ ਪੋਲਟਰੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋਣੀਆਂ ਚਾਹੀਦੀਆਂ ਨੇ। ਨੈਕਸਟ ਜਿਹੜਾ ਇਹਦੇ ਤੋਂ ਅੱਗੇ ਆਰਟੀਕਲ ਹੈ ਆਰਟੀਕਲ ਨੰਬਰ 171 171 ਆਫ ਦਾ ਇੰਡੀਅਨ ਕੋਨਸਟੀਟਿਊਸ਼ਨ, ਉਹ ਕਹਿੰਦਾ ਕਿ ਅਗਰ ਕਿਸੇ ਸਟੇਟ ਦੀ ਲੈਜਿਸਲੇਟਿਵ ਕਾਊਂਸਲ ਬਣ ਰਹੀ ਹੈ ਤਾਂ ਇਹ ਨਹੀਂ ਹੈ ਕਿ ਸਾਰੇ ਦੇ ਸਾਰੇ ਮੈਂਬਰ ਆਪਾਂ ਇਹਦੇ 'ਚ ਐਡ ਕਰ ਦਈਏ, ਕਿਉਂਕਿ ਕਾਊਂਸਲ ਦੇ ਵਿੱਚ ਕੁਛ ਬੰਦੇ ਨੋਮੀਨੇਟਡ ਵੀ ਹੁੰਦੇ ਨੇ, ਕੁਛ ਬੰਦੇ ਇਲੈਕਟਡ ਹੁੰਦੇ ਆ, ਜਿਹੜੀ ਅਸੈਂਬਲੀ ਹੁੰਦੀ ਹੈ ਨਾ ਜਿਵੇਂ ਕਿ ਲੋਕ ਸਭਾ ਹੈ ਅਤੇ ਲੈਜਿਸਲੇਟਿਵ ਅਸੈਂਬਲੀ ਸਟੇਟ ਦੇ ਲੈਵਲ 'ਤੇ, ਉਹਨਾਂ ਦੋਨਾਂ 'ਚ ਸਿਰਫ ਔਰ ਸਿਰਫ ਇਲੈਕਟਡ ਮੈਂਬਰ ਆਉਂਦੇ ਨੇ ਮਤਲਬ ਜਿਨ੍ਹਾਂ ਨੂੰ ਆਪਾਂ ਚੁਣ ਕੇ ਭੇਜਦੇ ਹਾਂ, ਬਟ ਜਿਹੜੀਆਂ ਜਿਵੇਂ ਰਾਜ ਸਭਾ ਹੋ ਗਈ ਦੈਨ ਉਸ ਤੋਂ ਬਾਅਦ ਆਪਣੀ ਜਿਹੜੀ ਸਟੇਟ ਲੈਵਲ 'ਤੇ ਲੈਜਿਸਲੇਟਿਵ ਕਾਊਂਸਲ ਹੋ ਗਈ ਉਹਨਾਂ ਦੇ ਵਿੱਚ ਮੈਂਬਰ ਨੋਮੀਨੇਟਡ ਵੀ ਹੁੰਦੇ ਆ, ਮਤਲਬ ਜਿਨ੍ਹਾਂ ਨੂੰ ਸਿਰਫ ਸਿੱਧਾ ਨੋਮੀਨੇਟ ਕੀਤਾ ਜਾਂਦਾ। ਬੇਸਿਕਲੀ ਜਿਹੜੀ ਇਹ ਕਾਊਂਸਲ ਹੈ ਉਹ ਯੂਜ਼ ਹੁੰਦੀ ਹੈ ਉਹਨਾਂ ਬੰਦਿਆਂ ਨੂੰ ਬੈਕਡੋਰ ਐਂਟਰੀ ਦੇਣ ਲਈ ਜਿਨ੍ਹਾਂ ਨੂੰ ਲੋਕਾਂ ਨੇ ਨਹੀਂ ਜਿਤਾਇਆ, ਮਤਲਬ ਜਿਹੜੇ ਇਲੈਕਟ ਨਹੀਂ ਹੋ ਪਾਏ ਉਹਨਾਂ ਨੂੰ ਬੈਕਡੋਰ ਐਂਟਰੀ ਦੇਣ ਵਾਸਤੇ ਇਹ ਕਾਊਂਸਲ ਬਣਾ ਦਿੱਤੀ ਜਾਂਦੀ ਹੈ। ਆਈ ਥਿੰਕ ਸੋ ਤੁਹਾਨੂੰ ਸਮਝ ਆ ਰਿਹਾ ਹੋਗਿਆ, ਬਿਕੋਜ਼ ਅਗਰ ਪੋਲਿਟੀ ਪੜ੍ਹੀ ਆ ਤਾਂ ਟੋਪਿਕ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏਗਾ, ਅਗਰ ਨਹੀਂ ਪੜ੍ਹੀ ਫਿਰ ਆਈ ਥਿੰਕ ਸੋ ਨਹੀਂ ਆਏਗਾ। ਸੋ ਇਹ ਉਸ ਚੀਜ਼ ਵਾਸਤੇ ਯੂਜ਼ ਹੁੰਦੀ ਹੈ, ਦੈਟਸ ਵਾਈ ਇਹਦੀ ਮੈਂਟੇਨੈਂਸ ਇੰਨੀ ਜ਼ਰੂਰੀ ਨਹੀਂ ਆ। ਤੋ ਇਹਦੇ ਜਿਹੜੇ 171 ਨੰਬਰ ਆਰਟੀਕਲ ਦੇ ਵਿੱਚ ਕਹਿ ਰਿਹਾ ਕਿ ਇਹਦੇ ਜਿਹੜੇ ਮੈਂਬਰਸ ਨੇ ਉਹ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ 1/3 ਪਾਰਟ ਹੋਣਾ ਚਾਹੀਦਾ ਅਤੇ ਘੱਟ ਤੋਂ ਘੱਟ 40 ਮੈਂਬਰਸ ਹੋਣੇ ਚਾਹੀਦੇ ਆ। ਉਸ ਤੋਂ ਅਗਰ ਆਪਾਂ ਗੱਲ ਕਰੀਏ ਐਟ ਪ੍ਰੈਜੈਂਟ ਆਪਣੀ ਇੰਡੀਆ ਨੇ ਕਿੰਨੀਆਂ ਸਟੇਟਸ ਦੇ ਵਿੱਚ ਬਾਈ ਕੈਮਰਲ ਲੈਜਿਸਲੇਚਰ ਆ, ਬਾਈ ਕੈਮਰਲ ਮਤਲਬ ਦੋਨੋਂ ਹਾਊਸਿਸ ਆ, ਲੈਜਿਸਲੇਟਿਵ ਅਸੈਂਬਲੀ ਵੀ ਅਤੇ ਲੈਜਿਸਲੇਟਿਵ ਕਾਊਂਸਲ ਵੀ, ਵਿਧਾਨ ਪਰਿਸ਼ਦ ਵੀ ਅਤੇ ਵਿਧਾਨ ਸਭਾ ਵੀ। 6 ਸਟੇਟਸ ਹੈਗੀਆਂ ਨੇ, ਕਿਹੜੀਆਂ ਕਿਹੜੀਆਂ? ਆਂਧਰਾ ਪ੍ਰਦੇਸ਼ ਹੈ ਜਿਹਨੇ ਕਿ ਅਬੋਲਿਸ਼ ਕਰਨ ਦੇ ਲਈ ਬਿੱਲ ਪਾਸ ਕੀਤਾ ਬਟ ਹਜੇ ਉਹਨੂੰ ਪਾਰਲੀਮੈਂਟ ਨੇ ਐਗਰੀ ਨਹੀਂ ਕੀਤਾ। 2nd ਨੰਬਰ 'ਤੇ ਤੇਲੰਗਾਨਾ ਹੈ, ਫਿਰ UP ਹੈ, ਫਿਰ ਬਿਹਾਰ ਹੈ, ਮਹਾਰਾਸ਼ਟਰ ਅਤੇ ਕਰਨਾਟਕਾ। ਤੋ ਇਹ ਜਿਹੜੀਆਂ ਸਟੇਟਸ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਆਲਰੇਡੀ ਆਪਣੇ ਕੋਲ ਲੈਜਿਸਲੇਟਿਵ ਕਾਊਂਸਲਸ ਹੈਗੀਆਂ ਨੇ, ਠੀਕ ਹੈ। ਨੈਕਸਟ ਆਪਣੇ ਕੋਲ ਕੁਸ਼ਚਨ ਹੈ ਇੱਕ ਇੰਪੋਰਟੈਂਟ ਪਰਸਨਸ ਦਾ, ਜਿਹੜੇ ਪਰਸਨ ਦੀ ਰੀਸੈਂਟਲੀ ਡੈਥ ਹੋ ਗਈ ਆ, ਇਹਨਾਂ ਦਾ ਆਪਣੀ ਪਾਸਟ ਕੁਛ ਮੂਵਮੈਂਟਸ ਵਿੱਚ ਕਾਫੀ ਇੰਪੋਰਟੈਂਟ ਰੋਲ ਲਿਆ ਹੈ, ਜਿਨ੍ਹਾਂ ਦਾ ਨਾਮ ਹੈ ਸੁੰਦਰ ਲਾਲ ਬਹੁਗੁਣਾ। ਤੋ ਰੀਸੈਂਟਲੀ ਸੁੰਦਰ ਲਾਲ ਬਹੁਗੁਣਾ ਹੈਜ਼ ਪਾਸਡ ਅਵੇ, ਵਿਦ ਵਿੱਚ ਮੂਵਮੈਂਟ ਡਿਡ ਹੀ ਬਿਲੋਂਗ, ਕਿਹੜੀ ਮੂਵਮੈਂਟ ਨਾਲ ਉਹ ਬਿਲੋਂਗ ਕਰਦੇ ਸੀ? ਨੋਨ ਕੋਆਪਰੇਸ਼ਨ ਮੂਵਮੈਂਟ ਹੈ, ਚੰਪਾਰਨ ਮੂਵਮੈਂਟ ਹੈ, ਵਿਜੋਲੀਆ ਮੂਵਮੈਂਟ ਹੈ ਜਾਂ ਫਿਰ ਚਿਪਕੋ ਮੂਵਮੈਂਟ ਹੈ? ਸੋ ਅਗਰ ਤੁਹਾਨੂੰ ਯਾਦ ਹੋਵੇ ਜਦੋਂ ਇੱਕ ਟਾਈਮ 'ਤੇ ਜਿਹੜੇ ਦਰਖਤ ਵਗੈਰਾ ਜੰਗਲ ਟ੍ਰੀਜ਼ ਕੱਟੇ ਜਾ ਰਹੇ ਸੀ ਤਾਂ ਉਸ ਟਾਈਮ
ਟਾਈਮ ਇੱਕ ਪਰਸਨ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਸੀ ਕਿ ਤੀਸ ਦਿਨਾਂ ਚਿਪਕ ਚਿਪਕ ਕੇ ਉਹਨਾਂ ਨੂੰ ਕੱਟਣ ਤੋਂ ਬਚਾਇਆ ਗਿਆ ਸੀ। ਇਸ ਲਈ ਉਸ ਮੂਵਮੈਂਟ ਦਾ ਨਾਮ ਰੱਖਿਆ ਗਿਆ ਚਿਪਕੋ ਮੂਵਮੈਂਟ। ਤੋ ਚਿਪਕੋ ਮੂਵਮੈਂਟ ਦੇ ਜਿਹੜੇ ਲੀਡਰ ਹੈਗੇ ਸੀ ਜਿਹਨਾਂ ਨੇ ਇਹ ਮੂਵਮੈਂਟ ਸਟਾਰਟ ਕਰੀ ਸੀ ਉਹਨਾਂ ਦਾ ਨਾਮ ਹੈਗਾ ਸੀ ਸੁੰਦਰ ਲਾਲ ਬਹੁਗੁਣਾ। ਉਹਨਾਂ ਦਾ ਰੀਸੈਂਟਲੀ ਦੇਹਾਂਤ ਹੋ ਗਿਆ ਹੈ। ਤੋ ਕਾਫੀ ਵੱਡਾ ਲੋਸ ਹੈ ਕਿ ਇੱਦਾਂ ਦੇ ਪਰਸਨ ਜਿਹੜੇ ਕਿ ਜਿਹਨਾਂ ਨੇ ਆਪਣੇ ਇਨਵਾਇਰਮੈਂਟ ਨੂੰ ਸੇਵ ਕਰਨ ਦੇ ਲਈ ਇੰਨਾ ਇੰਪੋਰਟੈਂਟ ਰੋਲ ਪਲੇ ਕੀਤਾ, ਉਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਆ। ਵੈਸੇ ਤਾਂ ਉਹਨਾਂ ਦੀ ਏਜ ਕਾਫੀ ਹੋ ਚੁੱਕੀ ਸੀ, ਬਟ ਰੀਸੈਂਟਲੀ COVID-19 ਜਿੰਨੇ ਵੀ ਆਪਣੇ ਥੋੜ੍ਹੇ ਜਿਹੇ ਏਜਡ ਐਮੀਨੈਂਟ ਪਰਸਨਸ ਹੈਗੇ ਸੀ ਜਿਨ੍ਹਾਂ ਨੇ ਆਪਦੀ ਫੀਲਡ 'ਚ ਬਹੁਤ ਅੱਛਾ ਕੰਮ ਕੀਤਾ, ਸਾਰਿਆਂ ਨੂੰ ਹੀ ਲਪੇਟ ਵਿੱਚ ਲੈ ਰਿਹਾ, ਸਾਰੇ ਹੀ ਜਾ ਰਹੇ ਨੇ COVID-19 ਦੇ ਕਰਕੇ। ਸੋ ਬੀ ਸੇਫ, ਇਸ ਤੋਂ ਸੇਫ ਰਹੋ, ਆਪਦਾ ਬਚਾਅ ਰੱਖੋ। ਸੁੰਦਰ ਲਾਲ ਬਹੁਗੁਣਾ ਜੀ ਰਿਲੇਟਡ ਹੈਗੇ ਨੇ ਚਿਪਕੋ ਮੂਵਮੈਂਟ ਦੇ, ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਚਿਪਕੋ ਮੂਵਮੈਂਟ ਔਰ ਚਿਪਕੋ ਅੰਦੋਲਨ ਜਿਹੜਾ ਕਿ ਫੋਰੈਸਟ ਕੰਜ਼ਰਵੇਸ਼ਨ ਮੂਵਮੈਂਟ ਸੀ ਇੰਡੀਆ ਦੀ, ਮਤਲਬ ਜੰਗਲਾਂ ਨੂੰ ਬਚਾਉਣ ਵਾਸਤੇ ਸੀ। 1973 ਦੇ ਵਿੱਚ ਉੱਤਰਾਖੰਡ ਦੇ ਸ਼ੁਰੂ ਹੋਏ, ਬਿਕੋਜ਼ ਜਿਹੜੇ ਸੁੰਦਰ ਲਾਲ ਬਹੁਗੁਣਾ ਨੇ ਉੱਤਰਾਖੰਡ ਦੇ ਹੈਗੇ ਆ, ਤਾਂ ਦੈਨ ਆ ਪਾਰਟ ਆਫ ਯੂਪੀ। ਉਸ ਟਾਈਮ 'ਤੇ ਯੂਪੀ ਦਾ ਪਾਰਟ ਹੈਗੇ ਸੀ ਫੁੱਟ ਹਿਲਸ ਔਫ ਹਿਮਾਲਿਆ, ਹਿਮਾਲਿਆ ਦੇ ਵਿੱਚ ਜਿਹੜੇ ਰੀਜਨ ਦੇ ਵਿੱਚ, ਠੀਕ ਹੈ। ਜਦੋਂ ਉਹ ਕੀ ਆ ਇੱਧਰ ਉੱਧਰ ਜਾਂਦੇ ਸੀਗੇ ਇਨਵਾਇਰਮੈਂਟ ਨੂੰ ਬਚਾਉਣ ਲਈ, ਜਦੋਂ ਵੀ ਕੋਈ ਜੰਗਲ ਕੱਟਣ ਦੀ ਗੱਲ ਹੁੰਦੀ ਸੀ ਤਾਂ ਉਸ ਟਾਈਮ 'ਤੇ ਉਹ ਉਹਨਾਂ ਦਰੱਖਤਾਂ ਨੂੰ ਚਿਪਕ ਕੇ ਜਾਂਦੇ ਸੀ, ਚਿਪਕ ਚਿਪਕ ਕੇ ਉਹਨਾਂ ਦੇ ਦੁਆਰਾ ਲੋਕ ਦਰੱਖਤਾਂ ਨੂੰ ਕੱਟਣ ਤੋਂ ਬਚਾਇਆ ਗਿਆ। ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਜੁੜ ਗਏ, ਮਤਲਬ ਇੱਕ ਅੰਦੋਲਨ ਹੀ ਬਣ ਗਿਆ ਸੀ। ਇੱਕ ਪਰਸਨ ਨੇ ਕੰਮ ਸ਼ੁਰੂ ਕੀਤਾ 1973, ਤਾਂ ਉਸ ਬਾਰੇ ਇੱਕ ਅੰਦੋਲਨ ਹੀ ਬਣ ਗਿਆ। ਇਸ ਤਰ੍ਹਾਂ ਬਹੁਤ ਸਾਰੇ ਟ੍ਰੀਜ਼ ਨੂੰ ਕੱਟਣ ਤੋਂ ਬਚਾਇਆ ਗਿਆ ਇਸ ਪਰਸਨ ਦੇ ਦੁਆਰਾ, ਜਿਹਨਾਂ ਦਾ ਨਾਮ ਹੈ ਬਹੁਗੁਣਾ ਸੁੰਦਰ ਲਾਲ। ਤੋ ਇਹਨਾਂ ਤੁਸੀਂ ਪਿਕਚਰ ਦੇਖ ਸਕਦੇ ਹੋ, ਇਸ ਤਰ੍ਹਾਂ ਦੇ ਦੁਆਰਾ ਜਿਹੜੇ ਟ੍ਰੀਜ਼ ਹੈਗੇ ਨੇ ਉਹਨਾਂ ਨੂੰ ਨਾਲ ਲਾਈਕ ਹੱਗ ਕਰਕੇ ਚਿਪਕ ਕੇ ਬਚਾਇਆ ਗਿਆ। ਸੋ ਕਾਫੀ ਇੰਪੋਰਟੈਂਟ ਪਰਸਨੈਲਿਟੀ ਆ। ਇਸ ਦੇ ਰਿਗਾਰਡਿੰਗ ਤੁਹਾਡੇ ਲਈ ਕੁਐਸਚਨ ਬਣ ਜਾਏਗਾ ਕਿ ਚਿਪਕੋ ਮੂਵਮੈਂਟ ਕਿਸਨੇ ਸ਼ੁਰੂ ਕੀਤੀ ਸੀ, ਕਦੋਂ ਸ਼ੁਰੂ ਕੀਤੀ ਸੀ, ਇਸਦਾ ਮੋਟਿਵ ਕੀ ਸੀਗਾ। ਸੋ ਇਹ ਸਾਰੇ ਕੁਐਸਚਨ ਆਪਣੇ ਲਈ ਇਸ ਟਾਈਮ ਨਿਊਜ਼ ਵਿੱਚ ਬਣ ਸਕਦੇ ਨੇ। ਨੈਕਸਟ ਆਪਣੇ ਕੋਲ ਕੁਐਸਚਨ ਹੈ ਜਿਹੜਾ ਇੰਟਰਨੈਟ ਐਕਸਪਲੋਰਰ ਹੈ, ਬਿਕੋਜ਼ ਆਪਾਂ ਜਦੋਂ ਵੀ ਕੁਛ ਸਰਚ ਕਰਦੇ ਹਾਂ ਤਾਂ ਆਪਾਂ ਨੂੰ ਇੰਟਰਨੈਟ 'ਤੇ ਜਾਣਾ ਪੈਂਦਾ ਨਾ, ਉਹਦੇ ਲਈ ਅਲੱਗ ਅਲੱਗ ਆਪਣੇ ਕੋਲ ਜਿਹੜੇ ਵੈਬ ਐਡਰੈਸ ਨੇ, ਜਿਵੇਂ ਆਪਣੇ ਕੋਲ ਗੂਗਲ ਹੈ, ਗੂਗਲ ਕਰੋਮ ਹੈ, ਉਸ ਤਰ੍ਹਾਂ ਇੰਟਰਨੈਟ ਐਕਸਪਲੋਰਰ ਹੈ। ਤੋ ਜਿਹੜਾ ਇੰਟਰਨੈਟ ਐਕਸਪਲੋਰਰ ਵੈਬ ਬਰਾਊਜ਼ਰ ਹੈ ਉਹ ਹੁਣ ਰਿਟਾਇਰ ਹੋਣ ਜਾ ਰਿਹਾ, ਮਤਲਬ ਫਾਈਨਲੀ ਉਹ ਡੀਕਮਿਸ਼ਨ ਹੋਣ ਜਾ ਰਿਹਾ 15 June 2022 ਨੂੰ। 25 ਸਾਲ ਤੱਕ ਇਸ ਨੇ ਕੰਮ ਕੀਤਾ, 25 ਸਾਲ ਤੱਕ ਕਾਫੀ ਸਕਸੈਸਫੁਲ ਰਿਹਾ ਹੈ, ਨਾਉ ਇਹ ਫਾਈਨਲੀ ਰਿਟਾਇਰ ਹੋਣ ਜਾ ਰਿਹਾ 15 June 2022। ਕਿਹੜੀ ਕੰਪਨੀ ਨੇ ਇਸਨੂੰ ਮੈਨੂਫੈਕਚਰ ਕੀਤਾ ਸੀ? ਗੂਗਲ ਨੇ, ਮਾਈਕਰੋਸੋਫਟ ਨੇ, ਟੈਸਲਾ ਜਾਂ ਫਿਰ ਰੈਡ ਹੈਟ? ਤੋ ਇੰਟਰਨੈਟ ਐਕਸਪਲੋਰਰ ਜਿਹੜਾ ਹੈ, ਮਤਲਬ ਜਿਹੜਾ ਵੈਬ ਬਰਾਊਜ਼ਰ ਹੈ ਇੰਟਰਨੈਟ ਐਕਸਪਲੋਰਰ ਦਾ, ਉਸਨੂੰ ਬਣਾਇਆ ਗਿਆ ਸੀ ਮਾਈਕਰੋਸੋਫਟ ਦੇ ਦੁਆਰਾ। ਨਾ ਉਹ ਹੁਣ 15 June ਤੋਂ ਬਾਅਦ ਤੁਹਾਨੂੰ ਇਹ ਦੇਖਣ 'ਚ ਨਹੀਂ ਮਿਲੇਗਾ, ਅਗਰ 2022 ਦੀ ਗੱਲ ਕਰੀਏ, ਮਤਲਬ ਨੈਕਸਟ ਈਅਰ 1 ਸਾਲ ਬਾਅਦ ਤੋਂ ਹੀ ਆਪਾਂ ਨੂੰ ਇਹ ਜਿਹੜਾ ਇੰਟਰਨੈਟ ਐਕਸਪਲੋਰਰ ਆ ਉਹ ਦੇਖਣ ਤੋਂ ਨਹੀਂ ਮਿਲੇਗਾ। ਅਗਰ ਕੋਈ ਯੂਜ਼ ਕਰ ਰਿਹਾ ਤਾਂ ਆਪਦਾ ਅਲਟਰਨੇਟਿਵ ਜਿਹੜਾ ਤੁਸੀਂ ਲੱਭ ਸਕਦੇ ਹੋ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਮਾਈਕਰੋਸੋਫਟ ਨੇ ਇਸਨੂੰ ਬਣਾਇਆ ਸੀ। ਸੋ ਮਾਈਕਰੋਸੋਫਟ ਨੇ ਰੀਸੈਂਟਲੀ ਕਿਹਾ ਕਿ ਉਹਨਾਂ ਦਾ ਜਿਹੜਾ ਲੌਂਗ ਸਟੈਂਡਿੰਗ ਬਰਾਊਜ਼ਰ ਹੈ ਇੰਟਰਨੈਟ ਐਕਸਪਲੋਰਰ ਉਹ ਰੀਸੈਂਟਲੀ ਰਿਟਾਇਰ ਹੋਣ ਜਾ ਰਿਹਾ ਅਗਲੇ ਸਾਲ, ਅਤੇ 25 ਸਾਲ ਇਹਨਾਂ ਨੇ ਲੋਕਾਂ ਨੂੰ ਸਰਵ ਕੀਤਾ, ਬਿਕੋਜ਼ ਇਸਨੂੰ ਜਿਹੜਾ ਲਾਂਚ ਕੀਤਾ ਗਿਆ ਸੀ 1995 ਦੇ ਵਿੱਚ ਐਂਡ ਵਿੰਡੋਜ਼ 95 ਦੇ ਨਾਲ ਇਸਨੂੰ ਲਾਂਚ ਕੀਤਾ ਗਿਆ ਸੀ। ਉਸ ਤਰ੍ਹਾਂ ਸਕਸੈਸਫੁਲੀ ਇਹ ਜਿਹੜਾ ਕੰਮ ਕਰਦਾ ਰਿਹਾ, ਇਸਨੇ ਆਪਦੇ ਜਿਹੜੇ ਆਸ ਪਾਸ ਦੇ ਹੋਰ ਸਾਰੇ ਵੈਬ ਬਰਾਊਜ਼ਰਸ ਹੈਗੇ ਸੀ ਉਹਨਾਂ ਨੂੰ ਅੱਛੀ ਤਰ੍ਹਾਂ ਕੰਪੀਟ ਕੀਤਾ ਅਤੇ ਇੱਕ ਮੋਨੋਪੋਲੀ ਹੀ ਕ੍ਰੀਏਟ ਕਰ ਲਈ ਸੀ ਮਾਰਕੀਟ ਦੇ ਵਿੱਚ। ਬਟ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਐਂਡ ਤਾਂ ਹੁੰਦਾ ਹੀ ਹੈ, ਕੋਈ ਚੀਜ਼ ਕਿੰਨੀ ਵੀ ਹਿਊਜ ਕੋਈ ਕਿਉਂ ਨਾ ਹੋਵੇ, ਬਟ ਇੱਕ ਦਿਨ ਉਸਦਾ ਐਂਡ ਜ਼ਰੂਰ ਹੁੰਦਾ। ਤਾਂ ਉਸੇ ਤਰ੍ਹਾਂ ਇੰਟਰਨੈਟ ਐਕਸਪਲੋਰਰ ਵੀ ਹੁਣ ਰਿਟਾਇਰ ਹੋ ਜਾਏਗਾ ਨੈਕਸਟ ਈਅਰ। ਸੋ ਇਹ ਵੀ ਆਪਣੇ ਲਈ ਕੁਐਸਚਨ ਬਣ ਸਕਦਾ ਕਿ ਇੰਟਰਨੈਟ ਐਕਸਪਲੋਰਰ ਜਿਹੜਾ ਹੈ ਉਸਨੂੰ ਕਿਸਨੇ ਬਣਾਇਆ ਸੀ? ਉਸਨੂੰ ਬਣਾਇਆ ਸੀ ਮਾਈਕਰੋਸੋਫਟ ਨੇ। ਨੈਕਸਟ ਕੁਐਸਚਨ, ਨੈਕਸਟ ਆਪਣੇ ਕੋਲ ਕੁਐਸਚਨ ਹੈ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟਸ ਬਾਰੇ। ਯੂਨੈਸਕੋ ਜਿਹੜੀ ਹੈ ਉਹ ਇੰਟਰਨੈਸ਼ਨਲ ਲੈਵਲ ਦੀ ਇੱਕ ਏਜੰਸੀ ਹੈ, ਅਲੱਗ ਅਲੱਗ ਕੰਟਰੀਜ਼ ਵਿੱਚ ਅਲੱਗ ਅਲੱਗ ਜਿਹੜੀਆਂ ਸਾਈਟਸ ਹੁੰਦੀਆਂ ਨੇ ਜੋ ਕਿ ਆਪਣੇ ਕਲਚਰ ਦੇ ਪੁਆਇੰਟ ਆਫ ਵਿਊ ਤੋਂ, ਐਜੂਕੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈਗੀਆਂ ਸੀ, ਉਹਨਾਂ ਨੂੰ ਵਰਲਡ ਹੈਰੀਟੇਜ ਸਾਈਟ ਦਾ ਸਟੇਟਸ ਦਿੱਤਾ ਜਾਂਦਾ। ਜਿਵੇਂ ਕਿ ਆਪਣੇ ਇੰਡੀਆ ਵਿੱਚ ਐਟ ਪ੍ਰੈਜੈਂਟ 38 ਵਰਲਡ ਹੈਰੀਟੇਜ ਸਾਈਟ ਨੇ, 38 ਵਰਲਡ ਹੈਰੀਟੇਜ ਸਾਈਟਸ ਹੈਗੀਆਂ ਨੇ, ਤਾਂ ਉਹਨਾਂ ਦੇ ਵਿੱਚ ਆਪਣੀਆਂ ਕੁਛ ਹੋਰ ਐਡ ਹੋਣ ਜਾ ਰਹੀਆਂ ਨੇ। ਕਿਉਂਕਿ ਜਦੋਂ ਵੀ ਆਪ ਕਿਸੇ ਕੰਟਰੀ ਦੀਆਂ ਕੋਈ ਲਾਈਕ ਪਰਟੀਕੁਲਰ ਵਰਲਡ ਹੈਰੀਟੇਜ ਸਾਈਟਸ ਹੈਗੀਆਂ ਨੇ, ਹੁਣ ਇਹ ਤਾਂ ਨਹੀਂ ਆਪਾਂ ਸੇਮ ਹੀ ਰੱਖਾਂਗੇ, ਹੌਲੀ ਹੌਲੀ ਇਨਕਰੀਜ਼ ਹੁੰਦੇ ਜਾਂਦੀਆਂ, ਤਾਂ ਇਨਕਰੀਜ਼ ਕਰਨ ਦੇ ਲਈ ਆਪਣੀ ਜਿਹੜੀ ਆਰਕੋਲੋਜੀਕਲ ਸਰਵੇ ਆਫ ਇੰਡੀਆ, ਮਤਲਬ ASI ਹੈ, ਤਾਂ ਉਹ ਰੈਕਮੈਂਡੇਸ਼ਨ ਦਿੰਦਾ ਯੂਨੈਸਕੋ ਨੂੰ ਕਿ ਇਹ ਸਾਈਟ ਸਾਡੀਆਂ ਹੋਰ ਐਡ ਹੋਣੀਆਂ ਚਾਹੀਦੀਆਂ। ਉਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਰੈਕਮੈਂਡੇਸ਼ਨ ਕਿ ਤੁਸੀਂ ਸਾਡੀਆਂ ਇਹਨਾਂ ਸਾਈਟਸ ਨੂੰ ਵੀ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਐਡ ਕਰ ਦਿਉ, ਬਟ
ਹੌਲੀ ਹੌਲੀ ਅਪਰੂਵਲ ਹੁੰਦੀ ਹੈ। ਉਸੇ ਦੇ ਵਿੱਚ ਹੀ ਉਹਨਾਂ ਦੇ ਵਿੱਚ ਜਿੰਨੀਆਂ ਵੀ ਆਪਾਂ ਰੈਕਮੈਂਡੇਸ਼ਨ ਦਿੱਤੀਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਹੀ 6 ਜਿਹੜੀਆਂ ਕੁਛ ਸਾਈਟਸ ਹੈਗੀਆਂ ਸੀ ਜਿਨ੍ਹਾਂ ਨੂੰ ਟੈਂਟੇਟਿਵ ਲਿਸਟ ਦੇ ਵਿੱਚ ਐਡ ਕਰਤਾ। ਮਤਲਬ ਫਾਈਨਲੀ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਬਣੀਆਂ ਤਾਂ ਨਹੀਂ ਆ, ਬਟ ਇੱਕ ਟੈਂਟੇਟਿਵ ਲਿਸਟ ਦੇ ਵਿੱਚ ਐਡ ਹੋ ਗਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਆਪਣੀ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਜ਼ਰੂਰ ਆ ਜਾਣਗੀਆਂ। ਤਾਂ ਆਪਣੇ ਲਈ ਇੱਕ ਇੰਪੋਰਟੈਂਟ ਕੁਸ਼ਚਨ ਹੋ ਗਿਆ ਕਿ ਐਟ ਪ੍ਰੈਜੈਂਟ ਇੰਡੀਆ ਵਿੱਚ ਕਿੰਨੀਆਂ ਵਰਲਡ ਹੈਰੀਟੇਜ ਸਾਈਟਸ ਨੇ, ਤਾਂ ਉਹ ਹੈਗੀਆਂ ਨੇ 38। ਹੁਣ ਇੱਕ ਰੀਸੈਂਟਲੀ ਸਤਪੁਰਾ ਟਾਈਗਰ ਰਿਜ਼ਰਵ ਹੈ, ਉਸਨੂੰ ਵੀ ਐਡ ਕੀਤਾ ਗਿਆ। ਇਹ ਜਿਹੜੀ ਲਿਸਟ ਆ ਨਵੀਆਂ 6 ਵਰਲਡ ਹੈਰੀਟੇਜ ਸਾਈਟ ਦੀ ਟੈਂਟੇਟਿਵ ਲਿਸਟ, ਉਹਦੇ 'ਚ ਐਡ ਕੀਤਾ ਗਿਆ ਯੂਨੈਸਕੋ ਦੇ ਦੁਆਰਾ। ਤਾਂ ਆਪਾਂ ਦੱਸਣਾ ਜਿਹੜੀ ਸਤਪੁਰਾ ਟਾਈਗਰ ਰਿਜ਼ਰਵ ਹੈ ਉਹ ਕਿਸ ਜਗ੍ਹਾ 'ਤੇ ਲੋਕੇਟਡ ਹੈ। ਸੋ ਇਹ ਜਿਹੜਾ ਰਿਜ਼ਰਵ ਹੈ ਉਹ ਲੋਕੇਟਡ ਹੈਗਾ ਮੱਧਿਆ ਪ੍ਰਦੇਸ਼ ਦੇ ਵਿੱਚ। ਸਤਪੁਰਾ ਟਾਈਗਰ ਰਿਜ਼ਰਵ ਮੱਧਿਆ ਪ੍ਰਦੇਸ਼ 'ਚ ਇੱਕ ਬਹੁਤ ਇੰਪੋਰਟੈਂਟ ਸਾਈਟ ਹੈਗੀ ਆ। ਪਹਿਲਾਂ ਟਾਈਗਰ ਰਿਜ਼ਰਵ ਦੇ ਤੌਰ 'ਤੇ ਇੰਪੋਰਟੈਂਟ ਸੀ, ਨਾ ਉਹ ਇੱਕ ਹੋਰ ਚੀਜ਼ ਇਹਦੇ ਨਾਲ ਜੁੜ ਚੁੱਕੀ ਹੈ ਕਿ ਜਿਹੜਾ ਇਹ ਸਤਪੁਰਾ ਟਾਈਗਰ ਰਿਜ਼ਰਵ ਹੈ ਉਹ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਦਾ ਪਾਰਟ ਵੀ ਦੇਖਣ 'ਚ ਮਿਲ ਸਕਦਾ ਆਪਾਂ ਨੂੰ ਆਉਣ ਵਾਲੇ ਕੁਛ ਟਾਈਮ ਦੇ ਵਿੱਚ। ਸੋ ਆਪਸ਼ਨ ਵੀ ਆਪਣਾ ਰਾਈਟ ਆਂਸਰ ਹੋਏਗਾ। ਆਰਕੋਲੋਜੀਕਲ ਸਰਵੇ ਆਫ ਇੰਡੀਆ ਨੇ ਸਬਮਿਟ ਕੀਤੀ ਹੈ 6 ਇੰਡੀਅਨ ਸਾਈਟਸ ਦੀ ਟੈਂਟੇਟਿਵ ਲਿਸਟ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਦੇ ਤੌਰ 'ਤੇ। ਤੋ ਆਪਣੀ ਕਲਚਰਲ ਮਿਨਿਸਟਰੀ ਨੇ ਇਸਨੂੰ ਅਨਾਊਂਸ ਕੀਤਾ ਰੀਸੈਂਟਲੀ। ਇਹ ਜਿਹੜੀਆਂ 6 ਸਾਈਟਸ ਹੈਗੀਆਂ ਨੇ ਉਹ ਕਿਹੜੀਆਂ ਕਿਹੜੀਆਂ ਨੇ ਆਪਣੇ ਕੋਲ? ਇੱਕ ਤਾਂ ਹੈ ਸਤਪੁਰਾ ਟਾਈਗਰ ਰਿਜ਼ਰਵ ਮੱਧਿਆ ਪ੍ਰਦੇਸ਼ ਦੇ ਵਿੱਚ, ਉਸ ਤੋਂ ਆਈਕੋਨਿਕ ਰਿਵਰ ਫਰੰਟ ਹੈ ਹਿਸਟੋਰਿਕ ਸਿਟੀ ਦਾ ਵਾਰਾਣਸੀ ਦਾ। ਮੈਗਾਲਿਥਿਕ ਸਾਈਟਸ ਹੈਗੀਆਂ ਨੇ ਹੀਰਾ ਬੈਂਕਾਲ ਜਿਹੜਾ ਕਿ ਕਰਨਾਟਕਾ ਦੇ ਵਿੱਚ ਆ। ਮਰਾਠਾ ਮਿਲਟਰੀ ਆਰਕੀਟੈਕਚਰ ਹੈਗਾ ਮਹਾਰਾਸ਼ਟਰ ਦਾ। ਦੈਨ ਭੇੜਾ ਘਾਟ ਲਿਮਟਾ ਘਾਟ ਹੈਗਾ ਨਰਮਦਾ ਵੈਲੀ ਦੇ ਜਬਲਪੁਰ, ਐਂਡ ਟੈਂਪਲ ਜੋ ਹੈਗੇ ਨੇ ਕਾਂਚੀਪੁਰਮ ਦੇ ਤਾਮਿਲਨਾਡੂ। ਅਤੇ ਜਿਹੜੀਆਂ ਇੰਪੋਰਟੈਂਟ 6 ਸਾਈਟਸ ਨੇ ਇਹ ਬਹੁਤ 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 ਇੰਪੋਰਟੈਂਟ ਆਉਣ ਵਾਲੇ ਪੇਪਰਾਂ ਦੇ ਲਈ, ਬਿਕੋਜ਼ ਇਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਸਾਈਟ ਬਾਰੇ ਜ਼ਰੂਰ ਪੁੱਛਿਆ ਜਾਏਗਾ। ਸੋ ਇਸ ਨੂੰ ਜ਼ਰੂਰ ਯਾਦ ਰੱਖਣਾ ਕਿ ਸਤਪੁਰਾ ਟਾਈਗਰ ਰਿਜ਼ਰਵ ਮੱਧਿਆ ਪ੍ਰਦੇਸ਼ ਹੋ ਗਿਆ, ਆਈਕੋਨਿਕ ਰਿਵਰ ਫਰੰਟ ਹੈ ਵਾਰਾਣਸੀ ਦਾ, ਮੈਗਾਲਿਥਿਕ ਸਾਈਟਸ ਹੈਗੀਆਂ ਨੇ ਕਰਨਾਟਕਾ ਦੀਆਂ, ਮਰਾਠਾ ਮਿਲਟਰੀ ਆਰਕੀਟੈਕਚਰ ਆ, ਮਤਲਬ ਜਿਹੜੀ ਮਰਾਠਾਸ ਹੈਗੇ ਸੀ ਆਪਾਂ ਨੂੰ ਪਤਾ ਕਰਨਾਟਕਾ ਦੇ ਵਿੱਚ ਹੈਗੇ ਸੀ, ਤਾਂ ਉਸ ਟਾਈਮ 'ਤੇ ਜਿਹੜਾ ਮਰਾਠਾ ਦਾ ਮਿਲਟਰੀ ਆਰਕੀਟੈਕਚਰ ਸੀ ਕਿਉਂਕਿ ਬਹੁਤ ਅੱਛੇ ਯੋਧਾ ਮੰਨੇ ਜਾਂਦੇ ਸੀ, ਤਾਂ ਦੇ ਆਰਕੀਟੈਕਚਰ ਨੂੰ ਐਡ ਕਰਨ ਦੀ ਗੱਲ ਹੋ ਰਹੀ ਆ। ਉਸ ਵਾਰ ਭੇੜਾ ਘਾਟ ਲਿਮਟਾ ਘਾਟ ਹੈਗੇ ਨਰਮਦਾ ਵੈਲੀ ਦੇ, ਉਹਨਾਂ ਨੂੰ ਐਡ ਕਰਨ ਦੀ ਗੱਲ ਹੋ ਰਹੀ ਆ। ਉਸ ਵਾਰ ਤਾਮਿਲਨਾਡੂ ਦੇ ਵਿੱਚ ਜਿਹੜਾ ਕਾਂਚੀਪੁਰਮ ਹੈ ਉਹਦੇ ਟੈਂਪਲਸ ਨੂੰ ਐਡ ਕਰਨ ਦੀ ਗੱਲ ਹੋ ਰਹੀ ਹੈ। ਤੋ ਇਹ 6 ਜਿਹੜੀਆਂ ਇੰਪੋਰਟੈਂਟ ਆਈਕੋਨਿਕ ਸਾਈਟਸ ਹੈਗੀਆਂ ਨੇ ਜਿਨ੍ਹਾਂ ਨੂੰ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟ ਦੀ ਟੈਂਟੇਟਿਵ ਲਿਸਟ ਦੇ ਵਿੱਚ ਐਡ ਕੀਤਾ ਗਿਆ। ਸੋ ਇਹ ਹੈਗੀਆਂ ਨੇ 6 ਹੋਰ ਵਰਲਡ ਹੈਰੀਟੇਜ ਸਾਈਟਸ ਇੰਡੀਆ ਦੀ ਟੈਂਟੇਟਿਵ ਲਿਸਟ ਦੇ ਵਿੱਚ ਐਡ ਹੋ ਚੁੱਕੀਆਂ ਨੇ ਯੂਨੈਸਕੋ ਦੇ ਲਈ। ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ 'ਚੋਂ ਕੋਈ ਵੀ ਤੁਹਾਨੂੰ ਵਰਲਡ ਹੈਰੀਟੇਜ ਸਾਈਟ ਦਾ ਪਾਰਟ ਦੇਖਣ 'ਚ ਮਿਲ ਸਕਦੀ ਹੈ। ਨੈਕਸਟ ਆਪਣੇ ਕੋਲ ਕੁਸ਼ਚਨ ਹੈ ਇੱਕ ਇਨਵਾਇਰਮੈਂਟ ਦੇ ਰਿਲੇਟਡ, ਕਿਉਂਕਿ ਆਪਾਂ ਨੂੰ ਪਤਾ ਗਲੋਬਲ ਵਾਰਮਿੰਗ ਬਹੁਤ ਹੋ ਰਹੀ ਹੈ ਜਿਹਦੇ ਕਰਕੇ ਅਲੱਗ ਅਲੱਗ ਚੀਜ਼ਾਂ ਦੇਖਣ 'ਚ ਮਿਲ ਰਹੀਆਂ ਜਿਹੜੀਆਂ ਕਦੇ ਵੀ ਨਹੀਂ ਹੁੰਦੀਆਂ ਸੀ। ਸੋ ਇਸੇ ਕਰਕੇ ਜਿਹੜਾ ਆਪਣਾ ਕੁਛ ਦਿਨ ਪਹਿਲਾਂ ਹੀ ਆਪਾਂ ਡਿਸਕਸ ਕੀਤਾ ਸੀ ਸਾਈਕਲੋਨ ਤੌਰ 'ਤੇ ਜਿਹੜਾ ਕਿ ਆਪਣੇ ਅਰੇਬੀਅਨ ਓਸ਼ੀਅਨ ਦੇ ਵਿੱਚ ਆਇਆ, ਮਤਲਬ ਨੋਰਮਲ ਟੈਂਡੈਂਸੀ ਨਹੀਂ ਆ ਕਿ ਉਹ ਅਰੇਬੀਅਨ ਓਸ਼ੀਅਨ ਦੇ ਵਿੱਚ ਆਵੇ, ਬਟ ਡਿਊ ਟੂ ਕਲਾਈਮੇਟ ਚੇਂਜ ਗਲੋਬਲ ਵਾਰਮਿੰਗ ਉਹਨਾਂ ਅਰੇਬੀਅਨ ਸੀ ਦਾ ਪਾਣੀ ਗਰਮ ਹੋ ਰਿਹਾ, ਅਤੇ ਉਹਦੇ ਕਰਕੇ ਉੱਧਰ ਵੀ ਜਿਹੜੇ ਗਲੇਸ਼ੀਅਰਸ ਆ ਰਹੇ ਨੇ, ਸਾਈਕਲੋਨਸ ਆ ਰਹੇ ਆ। ਨਾਓ ਰੀਸੈਂਟਲੀ ਇੱਕ ਹੋਰ ਜਿਹੜਾ ਸਾਈਕਲੋਨ ਹੈ ਉਹ ਬਣ ਰਿਹਾ ਬੇ ਬੰਗਾਲ, ਜਿੱਧਰ ਤਾਂ ਆਲਮੋਸਟ ਆਉਂਦੇ ਹੀ ਨਹੀਂ ਹਰ ਸਾਲ। ਉਸਦਾ ਨਾਮ ਹੈ YAAS, ਯਸ਼। ਪਹਿਲਾਂ ਕਿਹੜਾ ਆਇਆ ਸੀ? ਤੌ 'ਤੇ, ਹੁਣੇ ਹੀ ਆਇਆ, ਜਿਹੜਾ ਕਿ ਕਾਫੀ ਕਹਿਰ ਮਚਾ ਕੇ ਗਿਆ ਆਪਣੇ ਵੈਸਟਰਨ ਕੋਸਟ 'ਤੇ, ਨਾ ਹੁਣ ਈਸਟਰਨ ਕੋਸਟ 'ਤੇ ਆ ਰਿਹਾ। ਉਸਦਾ ਨਾਮ ਹੈ ਯਸ਼। ਆਉਣ ਵਾਲੇ ਆਪਾਂ ਸੈਸ਼ਨ ਦੇ ਵਿੱਚ ਉਸਦੇ ਬਾਰੇ ਵੀ ਡਿਸਕਸ਼ਨ ਕਰਾਂਗੇ। ਨਾ ਉਹ ਉਸੇ ਤਰ੍ਹਾਂ ਹੀ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਦਾ ਹੀ ਇੱਕ ਇਫੈਕਟ ਹੋਇਆ ਕਿ ਜਿਹੜਾ ਅੰਟਾਰਕਟਿਕਾ ਆਪਣਾ ਕੰਟੀਨੈਂਟ ਹੈ, ਬਿਕੋਜ਼ ਆਪਣੇ ਕੋਲ ਆਪਾਂ ਨੂੰ ਪਤਾ 7 ਕੰਟੀਨੈਂਟਸ ਹੈਗੇ ਨੇ। ਨੌਰਥ ਪੋਲ 'ਤੇ ਆਪਣੇ ਕੋਲ ਆਰਕਟਿਕ ਓਸ਼ਨ ਹੈ, ਸਾਊਥ ਪੋਲ 'ਤੇ ਆਪਣੇ ਕੋਲ ਅੰਟਾਰਕਟਿਕਾ ਹੈ। ਤਾਂ ਅੰਟਾਰਕਟਿਕਾ ਇੱਕ ਇਸ ਤਰ੍ਹਾਂ ਦਾ ਕੰਟੀਨੈਂਟ ਹੈ ਜਿਹੜਾ ਆਲਮੋਸਟ ਆਈਸ ਦੇ ਨਾਲ ਕਵਰ ਹੈ, ਮਤਲਬ ਬਰਫ਼ ਦੇ ਨਾਲ ਕਵਰ ਹੈ, ਬਿਕੋਜ਼ ਉਸ ਪੋਲ 'ਤੇ ਨੌਰਥ ਜਾਂ ਸਾਊਥ ਪੋਲ 'ਤੇ ਜਿਹੜੀ ਆਪਣੀ ਸੂਰਜ ਦੀ ਲਾਈਟ ਹੈ ਉਹ ਬਹੁਤ ਘੱਟ ਜਾਂਦੀ ਹੈ, ਜਿਹਦੇ ਕਰਕੇ ਉਹ ਜਿਹੜੇ ਜੰਮੇ ਹੀ ਹੋਏ ਨੇ ਇੱਕ ਤਰ੍ਹਾਂ ਨਾਲ। ਤਾਂ ਉਹਨਾਂ ਦੀ ਜਿਹੜੀ ਆਈਸ ਹੈ ਜੋ ਮੈਲਟ ਹੋ ਜਾਏ ਤਾਂ ਉਹਦੇ ਨਾਲ ਕੀ ਹੋਏਗਾ? ਉਹਦੇ ਨਾਲ ਜਿਹੜਾ ਆਪਣਾ ਸੀ ਦਾ ਲੈਵਲ ਆ, ਸਮੁੰਦਰ ਦਾ ਲੈਵਲ ਆ, ਉਹ ਬਹੁਤ ਜ਼ਿਆਦਾ ਇਨਕਰੀਜ਼ ਹੋਊਗਾ। ਉਸਦੇ ਇਨਕਰੀਜ਼ ਹੋਣ ਨਾਲ ਜਿਹੜੀਆਂ ਵੀ ਕੰਟਰੀਜ਼ ਨੇ ਉਹਨਾਂ ਦੇ ਜਿਹੜੀਆਂ ਪਾਣੀ ਦੇ ਵਿੱਚ ਨੇ, ਮਤਲਬ ਜਿਹੜੀਆਂ ਆਈਲੈਂਡ ਕੰਟਰੀਜ਼ ਨੇ, ਉਹਨਾਂ ਦੇ ਡੁੱਬਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ। ਬਿਕੋਜ਼ ਮੰਨ ਲਓ ਬਾਰਿਸ਼ ਹੁੰਦੀ ਹੈ ਬਹੁਤ ਜ਼ਿਆਦਾ, ਕਈ ਵਾਰੀ ਇਹ ਹੁੰਦਾ ਨਾ ਕਿ ਆਪਣੇ ਘਰਾਂ 'ਚ ਵੈਸੇ ਤਾਂ ਪਾਣੀ ਨਹੀਂ ਆਉਂਦਾ, ਬਟ ਜਦੋਂ ਬਾਰਿਸ਼ ਹੁੰਦੀ ਤਾਂ ਆਪਣੇ ਸਮਟਾਈਮਸ ਬਹੁਤ ਤੇਜ਼ ਬਾਰਿਸ਼ ਹੋਵੇ ਤਾਂ ਘਰਾਂ ਦੇ ਵਿੱਚ ਵੀ ਪਾਣੀ ਵੜ ਜਾਂਦਾ। ਤਾਂ ਉਹੀ ਕੰਡੀਸ਼ਨ ਹੈ ਕਿ ਪਹਿਲਾਂ ਤਾਂ ਬਾਹਰ ਫਿਰ ਰਿਹਾ ਪਾਣੀ, ਜਦੋਂ ਜਿਹੜਾ ਕੁਛ ਆਈਸ ਵਗੈਰਾ ਮੈਲਟ ਹੋਏਗੀ, ਜਿਵੇਂ ਆਪਾਂ ਸੁਣਨ 'ਚ ਆਉਂਦੇ ਨਾ ਆਪਾਂ ਨੂੰ ਸ਼ੁਰੂ ਤੋਂ ਹੀ ਗਲੇਸ਼ੀਅਰ ਮੈਲਟ ਹੋ ਰਿਹਾ, ਤਾਂ ਇਹ ਗਲੇਸ਼ੀਅਰਸ ਹੀ ਨੇ ਜਿਹੜੇ ਅੰਟਾਰਕਟਿਕਾ ਜਾਂ ਫਿਰ ਆਰਕਟਿਕ ਓਸ਼ੀਅਨ ਦੇ ਵਿੱਚ ਆ। ਤਾਂ ਇਹ ਗਲੇਸ਼ੀਅਰ ਜਦੋਂ ਮੈਲਟ ਹੋਣਗੇ ਤਾਂ ਆਸ ਪਾਸ ਪਾਣੀ ਹੀ ਤਾਂ ਵਧੇ ਨਾ, ਜਦੋਂ ਆਪਾਂ ਬਰਫ਼ ਨੂੰ ਪਾਣੀ ਵਿੱਚ ਰੱਖਾਂਗੇ ਤਾਂ ਬਰਫ਼ ਪਿਘਲ ਜਾਏਗੀ, ਮਤਲਬ ਪਾਣੀ ਦੀ ਕੁਆਂਟਿਟੀ ਇਨਕਰੀਜ਼ ਹੋ ਜੂਗੀ। ਤਾਂ ਉਹੀ ਕੰਡੀਸ਼ਨ ਹੈ ਅੰਟਾਰਕਟਿਕਾ ਦੇ, ਜਿਹਦੇ 'ਚ ਬਹੁਤ ਜ਼ਿਆਦਾ ਜਿਹੜੇ ਆਈਸ ਗਲੇਸ਼ੀਅਰਸ
ਮੈਲਟ ਹੋ ਰਹੇ ਆ, ਉਹਦੇ ਮੈਲਟ ਹੋਣ ਕਰਕੇ ਕੰਡੀਸ਼ਨ ਕੀ ਬਣ ਰਹੀ ਆ ਕਿ ਸਮੁੰਦਰ ਦਾ ਜਿਹੜਾ ਪਾਣੀ ਦਾ ਲੈਵਲ ਆ ਉਹ ਇਨਕਰੀਜ਼ ਹੋ ਰਿਹਾ। ਪਾਣੀ ਦਾ ਲੈਵਲ ਇਨਕਰੀਜ਼ ਹੋਣ ਕਰਕੇ ਜਿਹੜੇ ਵੀ ਕੰਟਰੀਜ਼ ਜਿਹੜੀਆਂ ਕਿ ਆਈਲੈਂਡ ਕੰਟਰੀਜ਼ ਨੇ, ਉਹਨਾਂ ਦੇ ਪਾਣੀ ਵਿੱਚ ਡੁੱਬਣ ਦੀ ਜਿਹੜੀ ਟੈਂਡੈਂਸੀ ਆ ਉਹ ਬਹੁਤ ਜ਼ਿਆਦਾ ਹੋ ਰਹੀ ਆ, ਉਹਦੇ ਜਿਹੜੇ ਚਾਂਸਿਸ ਨੇ ਬਹੁਤ ਜ਼ਿਆਦਾ ਨੇ। ਸੋ ਇਸ ਕਰਕੇ ਇਹ ਕਾਫੀ ਜਿਹੜਾ ਸੀਰੀਅਸ ਮੁੱਦਾ ਹੈ। ਰੀਸੈਂਟਲੀ ਅੰਟਾਰਕਟਿਕਾ ਦਾ ਇੱਕ ਗਲੇਸ਼ੀਅਰ ਹੈਗਾ ਸੀ ਜਿਹੜਾ ਹੁਣ ਫਿਰ ਅੰਟਾਰਕਟਿਕਾ ਨਾਲੋਂ ਅਲੱਗ ਹੋ ਗਿਆ, ਟੁੱਟ ਗਿਆ, ਟੁੱਟ ਕੇ ਸੀਰੀਅਸ ਚਲਾ ਜਾਏਗਾ, ਸੀਰੀਅਸ 'ਚ ਜਾਏਗਾ ਮਤਲਬ ਓਸ਼ਨ ਦੇ ਵਿੱਚ ਜਾਏਗਾ, ਓਸ਼ਨ ਦੇ ਵਿੱਚ ਜਦੋਂ ਜਾਏਗਾ ਤਾਂ ਪਿਘਲ ਜਾਏਗਾ, ਪਿਘਲ ਕੇ ਪਾਣੀ ਦਾ ਲੈਵਲ ਜਿਹੜਾ ਉਸਦੇ ਨਾਲ ਇਨਕਰੀਜ਼ ਹੋ ਸਕਦਾ। ਸੋ ਇਸਦਾ ਨਾਮ ਕੀ ਹੈ, ਉਹ ਹੈਗਾ A76। ਆਈ ਥਿੰਕ ਸੋ ਆਪਾਂ ਕੁਛ ਟਾਈਮ ਪਹਿਲਾਂ ਹੀ, 1 ਮੰਥ ਪਹਿਲਾਂ ਹੀ ਇੱਕ ਹੋਰ ਗਲੇਸ਼ੀਅਰ ਦੀ ਗੱਲ ਕੀਤੀ ਸੀ ਜਿਹੜਾ ਅੰਟਾਰਕਟਿਕਾ ਤੋਂ ਹੀ ਅਲੱਗ ਹੋਇਆ ਸੀ। ਤੁਹਾਡੇ ਲਈ ਕੁਸ਼ਚਨ ਹੈ ਕਿ ਤੁਸੀਂ ਉਸਦਾ ਨਾਮ ਕਮੈਂਟ ਸੈਕਸ਼ਨ ਦੇ ਵਿੱਚ ਰਿਪਲਾਈ ਕਰੋਗੇ ਕਿ ਉਹਦਾ ਨਾਮ ਕੀ ਸੀਗਾ ਜਿਹੜਾ ਪਹਿਲਾਂ ਮੈਲਟ ਹੋਇਆ। ਇਸ ਟਾਈਮ ਦਾ ਮੈਲਟ ਹੋਣ ਵਾਲਾ ਗਲੇਸ਼ੀਅਰ ਕਿਹੜਾ ਹੈ, ਉਹ ਹੈ A76 ਅੰਟਾਰਕਟਿਕਾ 76। ਕਾਫੀ ਹਿਊਜ ਜਿਹੜੀ ਇਹਦੀ ਲੰਬਾਈ ਹੈ, ਮਤਲਬ ਕਾਫੀ ਕਿਲੋਮੀਟਰਸ ਲੌਂਗ ਜਿਹੜਾ ਇਹ ਗਲੇਸ਼ੀਅਰ ਆ ਜਿਹੜਾ ਕਿ ਇਸ ਟਾਈਮ ਬ੍ਰੇਕ ਆਫ ਹੋ ਚੁੱਕਿਆ ਅੰਟਾਰਕਟਿਕਾ ਦੀ ਸ਼ੈਲਫ ਤੋਂ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਐਜ਼ ਪਰ ਦਾ ਰੀਸੈਂਟ ਡੇਟਾ ਫਰੋਮ ਯੂਰਪੀਅਨ ਸਪੇਸ ਏਜੰਸੀ, ਜਿਹੜੀ ਯੂਰਪ ਦੀ ਸਪੇਸ ਏਜੰਸੀ ਆ ESA, ਉਹਨਾਂ ਨੇ ਡਾਟਾ ਪ੍ਰਜੈਂਟ ਕੀਤਾ ਕਿ ਜਿਹੜਾ ਆਈਸ ਵਰਗ ਹੈ A76 ਉਹ ਬ੍ਰੋਕ ਆਫ ਹੋ ਚੁੱਕਿਆ ਵੈਸਟਰਨ ਸਾਈਡ ਤੋਂ। ਇੱਕ ਰੋਨ ਆਈਸ ਸ਼ੈਲਫ ਹੈ ਅੰਟਾਰਕਟਿਕਾ ਦੇ ਜਿਹਦੇ ਨਾਲ ਉਹ ਅਲੱਗ ਹੋਇਆ, ਇਹਨੂੰ ਤੁਸੀਂ ਦੇਖਣਾ ਚਾਹੋ ਤਾਂ ਦੇਖ ਸਕਦੇ ਹੋ, ਇਹ ਸਾਰਾ ਅੰਟਾਰਕਟਿਕਾ ਦਾ ਰੀਜ਼ਨ ਹੈ। ਤਾਂ ਇਹ ਰੋਨ ਆਈਸ ਸ਼ੈਲਫ ਹੈ ਅੰਟਾਰਕਟਿਕਾ ਦੀ, ਉਹਦੇ ਨਾਲ ਜਿਹੜਾ A76 ਆਈਸਬਰਗ ਹੈਗਾ ਸੀ ਉਹ ਰੋਨ ਆਈਸ ਸ਼ੈਲਫ ਤੋਂ ਅਲੱਗ ਹੋ ਚੁੱਕਿਆ। 4320 ਕਿਲੋਮੀਟਰ ਇਹ ਲੰਬਾ ਹੈਗਾ ਜਿਹੜਾ ਇਹ ਸ਼ੈਲਫ ਆ ਜਿਹੜੀ ਕਿ ਟੁੱਟ ਕੇ ਅਲੱਗ ਹੋ ਚੁੱਕੀ ਹੈ। ਸੋ ਕਾਫੀ ਇਹਦੀ ਜਿਹੜੀ ਲੰਬਾਈ ਹੈ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਏਗਾ। ਐਂਡ ਰੀਸੈਂਟਲੀ ਇਹ ਫਲੋਟ ਕਰ ਰਿਹਾ ਵੈਡਲ ਸੀ ਦੇ ਵਿੱਚ, ਹੁਣ ਤੈਰ ਰਿਹਾ ਹੈ, ਹੌਲੀ ਹੌਲੀ ਤੈਰ ਤੈਰ ਕੇ ਪਿਘਲ ਜਾਏਗਾ। ਦਿਸ ਇਜ਼ ਸੈਟ ਟੂ ਬੀ ਦੀ ਲਾਰਜੈਸਟ ਆਈਸਵਰਕ, ਹੁਣ ਤੱਕ ਦਾ ਪੂਰੇ ਵਰਲਡ ਦਾ ਸਭ ਤੋਂ ਵੱਡਾ ਇਹ ਆਈਸਵਰਕ ਹੈਗਾ ਸੀ, ਬਿਕੋਜ਼ 170 ਕਿਲੋਮੀਟਰ ਲੰਬਾ ਹੈ ਅਤੇ 25 ਕਿਲੋਮੀਟਰ ਚੌੜਾ ਹੈ। ਟੋਟਲ ਜਿਹੜਾ ਇਹਦਾ ਏਰੀਆ 4320 ਕਿਲੋਮੀਟਰ ਸਕੇਅਰ ਹੋ ਜਾਂਦਾ। ਅੰਟਾਰਕਟਿਕਾ ਆਈਸ ਸ਼ੀਟ ਇਜ਼ ਵਾਰਮਿੰਗ ਫਾਸਟਰ, ਹੁਣ ਕੰਮ ਕਿਉਂ ਹੋ ਰਿਹਾ, ਇਹ ਸਭ ਇਹਦੇ ਰੀਜ਼ਨਸ ਕੀ ਨੇ? ਵੈਸੇ ਤਾਂ ਆਪਾਂ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਗਲੋਬਲ ਵਾਰਮਿੰਗ ਹੈ, ਤਾਂ ਅੰਟਾਰਕਟਿਕਾ ਜਿਹੜੀ ਸ਼ੀਟ ਹੈ ਨਾ ਉਹ ਗਰਮ ਹੋ ਰਹੀ ਆ, ਹੁਣ ਕੋਈ ਚੀਜ਼ ਗਰਮ ਹੋਏਗੀ ਤਾਂ ਪਿਘਲੇਗੀ, ਪਿਘਲ ਕੇ ਉਹਦੇ ਨਾਲ ਕੀ ਹੈ ਜਿਹੜੀ ਸਨੋਅ ਆ ਜਾਂ ਫਿਰ ਆਈਸ ਹੈ ਉਹ ਮੈਲਟ ਹੋ ਜੂਗੀ, ਮੈਲਟ ਹੋ ਕੇ ਜਾਂ ਫਿਰ ਇਹ ਜਿਹੜੇ ਗਲੇਸ਼ੀਅਰ ਟੁੱਟ ਕੇ ਸੀਰੇ 'ਚ ਚਲੇ ਜਾਣਗੇ, ਜਿਹੜਾ ਉਸਦੇ ਆਸ ਪਾਸ ਵੈਡਲ ਸੀਗਾ, ਜਿਹਦੇ ਕਰਕੇ ਉਹ ਸੀਦਾ ਡੈਮ ਜਿਹੜਾ ਪਾਣੀ ਦਾ ਲੈਵਲ ਆ ਉਹ ਇਨਕਰੀਜ਼ ਹੋਏਗਾ ਅਤੇ ਆਪਣੇ ਜਿਹੜੀ ਪੂਰੇ ਪਲੈਨਟ ਨੂੰ ਉਹਦਾ ਕਾਫੀ ਜ਼ਿਆਦਾ ਨੁਕਸਾਨ ਦੇਖਣ 'ਚ ਮਿਲ ਸਕਦਾ। ਸੋ ਇਹ ਸਾਰੇ ਜਿਹੜੇ ਕਾਰਨ ਹੈਗੇ ਨੇ ਗਲੋਬਲ ਵਾਰਮਿੰਗ ਦੇ ਆ, ਕਲਾਈਮੇਟ ਚੇਂਜ ਦੇ ਆ, ਜਿਹਦੇ 'ਤੇ ਆਪਾਂ ਨੂੰ ਇਸ ਟਾਈਮ ਲਗਾਮ ਲਾਉਣਾ ਚਾਹੀਦੀ ਹੈ, ਜਿਹਦੇ ਵਾਸਤੇ ਇੱਕ ਸਾਰੀਆਂ ਕੰਟਰੀਜ਼ ਕੰਮ ਕਰ ਰਹੀਆਂ ਨੇ, ਜਿਵੇਂ ਜਿਹੜਾ ਆਪਣੇ ਕੋਲ ਇੱਕ ਟ੍ਰੀਟੀ ਵੀ ਹੋਈ ਸੀ ਆਈ ਥਿੰਕ ਸੋ 2015 ਦੇ ਵਿੱਚ, ਤਾਂ ਇਹਨਾਂ ਸਾਰੀਆਂ ਟ੍ਰੀਟੀਜ਼ ਵਿੱਚ ਇਹੀ ਕੰਮ ਹੋ ਰਿਹਾ ਕਿ ਕਾਰਬਨ ਡਾਈਆਕਸਾਈਡ ਜਿਹੜੀ ਆ ਉਹਦੇ ਐਮਿਸ਼ਨਸ ਨੂੰ ਰਿਡਿਊਸ ਕਰੋ, ਤਾਂ ਕਿ ਜਿਹੜਾ ਗਲੋਬਲ ਵਾਰਮਿੰਗ ਆ ਉਸਨੂੰ ਰਿਡਿਊਸ ਕੀਤਾ ਜਾ ਸਕੇ ਅਤੇ ਜਿਹਦੇ ਨਾਲ ਕਲਾਈਮੇਟ ਚੇਂਜ ਦੇ ਜਿਹੜੇ ਇਫੈਕਟਸ ਨੇ ਉਹਨਾਂ ਨੂੰ ਰਿਡਿਊਸ ਕੀਤਾ ਜਾ ਸਕੇ। ਸੋ ਇਨਵਾਇਰਮੈਂਟ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਨਿਊਜ਼ ਹੈ, ਜੋਗ੍ਰਾਫੀ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਨਿਊਜ਼ ਹੈ। ਯਾਦ ਰੱਖਣਾ ਅੰਟਾਰਕਟਿਕਾ ਦਾ A76 ਜਿਹੜਾ ਕਿ ਵਰਲਡ ਦਾ ਸਭ ਤੋਂ ਵੱਡਾ ਆਈਸਵਰਕ ਹੈਗਾ ਸੀ ਉਹ ਇਸ ਟਾਈਮ ਟੁੱਟ ਚੁੱਕਿਆ, ਕਿਸ ਤੋਂ? ਅੰਟਾਰਕਟਿਕਾ ਦੀ ਰੋਨ ਆਈਸ ਸ਼ੈਲਫ ਤੋਂ। ਨੈਕਸਟ ਆਪਣੇ ਕੋਲ ਕੁਸ਼ਚਨ ਹੈ, ਆਪਣੀ ਜਿਹੜੀ ਨੇਬਰਹੁੱਡ ਕੰਟਰੀ ਪਾਕਿਸਤਾਨ, ਇੰਟਰਨੈਸ਼ਨਲ ਨਿਊਜ਼ ਹੈ, ਤੋ ਪਾਕਿਸਤਾਨ ਪ੍ਰਾਈਮ ਮਿਨਿਸਟਰ ਜਿਹੜੇ ਆ ਇਮਰਾਨ ਖਾਨ, ਉਹਨਾਂ ਨੇ ਇਨੋਗਰੇਟ ਕੀਤਾ ਆਪਣੀ ਕੰਟਰੀ ਦਾ ਪਹਿਲਾ ਚਾਈਨੀਜ਼ ਅਸਿਸਟਡ 1100 ਮੈਗਾਵਾਟ ਨਿਊਕਲੀਅਰ ਪਾਵਰ ਪਲਾਂਟ, ਕਿਹੜੀ ਸਿਟੀ ਦੇ ਵਿੱਚ ਕੀਤਾ ਹੈ? ਮਤਲਬ ਜਿਹੜਾ ਚਾਈਨਾ, ਜਿਹੜਾ ਪਾਕਿਸਤਾਨ ਹੈ ਇਸ ਟਾਈਮ ਉਹ ਚਾਈਨਾ ਦਾ ਨਾਮ ਬਿਲਕੁਲ ਮਿਲਿਆ ਹੋਇਆ, ਕਿਉਂਕਿ ਚਾਈਨਾ ਅਤੇ ਇੰਡੀਆ ਦੀ ਨਹੀਂ ਬਣ ਰਹੀ ਇਸ ਟਾਈਮ 'ਤੇ, ਤਾਂ ਪਾਕਿਸਤਾਨ ਅਤੇ ਚਾਈਨਾ ਦੀ ਕਾਫੀ ਜ਼ਿਆਦਾ ਬਣ ਰਹੀ ਹੈ, ਬਿਕੋਜ਼ ਦੋਨੋਂ ਆਪਣੇ ਨੇਬਰਹੁੱਡ ਕੰਟਰੀਜ਼ ਨੇ, ਦੋਨਾਂ ਨੇ ਆਪਣੇ ਇੰਡੀਆ ਦੇ ਕੁਛ ਪਾਰਟਸ ਨੂੰ ਆਪਣੇ ਅੰਡਰ ਕੀਤਾ ਹੋਇਆ। ਤੋ ਇਹ ਦੋਨੋਂ ਕੰਟਰੀਜ਼ ਮਿਲ ਮਿਲਾ ਕੇ ਕਾਫੀ ਕੰਮ ਕਰ ਰਹੀਆਂ ਨੇ। ਚਾਈਨਾ ਨੂੰ ਆਪਣਾ ਮੋਟਿਵ ਹੈਗਾ, ਚਾਈਨਾ ਦਾ ਮਤਲਬ ਆਪਦੀ ਜਿਹੜੀ ਹੈਗੀ ਹੈ ਕਿ ਅਗਰ ਉਹਨਾਂ ਨੂੰ ਹੈਲਪ ਦੀ ਲੋੜ ਪਈ ਤਾਂ ਪਾਕਿਸਤਾਨ ਦੇ ਥਰੂ ਉਹ ਇੰਡੀਆ 'ਚ ਐਂਟਰ ਹੋ ਸਕਦੇ ਆ, ਮਤਲਬ ਕੁਛ ਵੀ ਕੰਡੀਸ਼ਨਸ ਹੋ ਸਕਦੀਆਂ ਨੇ। ਪਾਕਿਸਤਾਨ ਨੂੰ ਪੈਸੇ ਦੀ ਜ਼ਰੂਰਤ ਹੈ, ਬਿਕੋਜ਼ ਪਾਕਿਸਤਾਨ ਦੀ ਕਾਫੀ ਖਸਤਾ ਹਾਲਤ ਹੋਈ ਪਈ ਹੈ, ਤਾਂ ਪਾਕਿਸਤਾਨ ਚਾਈਨਾ ਦੀ ਬਿਲਕੁਲ ਗੋਦ 'ਚ ਜਾ ਕੇ ਬੈਠਾ ਹੋਇਆ। ਨਾ ਚਾਈਨਾ ਦੀ ਹੈਲਪ ਨਾਲ ਇਹ ਆਪਣਾ ਇੱਕ ਨਿਊਕਲੀਅਰ ਪਾਵਰ ਪਲਾਂਟ ਲਗਾ ਰਿਹਾ ਕਰਾਚੀ ਦੇ ਵਿੱਚ। ਕਰਾਚੀ ਦੇ ਵਿੱਚ ਇਸਦਾ ਇਨੋਗਰੇਸ਼ਨ ਕੀਤਾ ਗਿਆ, 1100 ਮੈਗਾਵਾਟ ਦਾ ਜਿਹੜਾ ਨਿਊਕਲੀਅਰ ਪਾਵਰ ਪਲਾਂਟ ਲਗਾਇਆ ਜਾ ਰਿਹਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਤੋ ਪਾਕਿਸਤਾਨ ਪ੍ਰਾਈਮ ਮਿਨਿਸਟਰ ਨੇ ਅਨਾਊਂਸਮੈਂਟ ਕੀਤੀ ਹੈ ਕਿ ਉਹ ਜਿਹੜਾ ਕਰਾਚੀ ਦੇ ਵਿੱਚ ਇਸ ਨੂੰ ਇਨੋਗਰੇਟ ਕਰ ਰਹੇ ਆ, ਐਂਡ ਇਟ ਵਿਲ ਬੀ ਫਾਰਮਲੀ ਨੋਨ ਐਜ਼ ਕਰਾਚੀ ਨਿਊਕਲੀਅਰ ਪਾਵਰ ਪਲਾਂਟ। ਇਸ ਪਾਵਰ ਪਲਾਂਟ ਨੂੰ ਕਰਾਚੀ ਦੇ ਨਾਮ ਨਾਲ ਜਾਣਿਆ ਜਾਏਗਾ, ਕਰਾਚੀ ਨਿਊਕਲੀਅਰ ਪਾਵਰ ਪਲਾਂਟ ਯੂਨਿਟ 2, ਜਿਹੜਾ ਕਿ ਚਾਈਨਾ ਦੀ ਸਪੋਰਟ ਨਾਲ ਬਣਾ ਰਹੇ ਆ। ਇਹ ਜਿਹੜਾ ਪ੍ਰੋਜੈਕਟ ਆ ਉਹ 1100 ਮੈਗਾਵਾਟਸ ਆਫ ਕਲੀਨ ਐਨਰਜੀ ਬਣਾਏਗਾ। ਕੰਸਟਰਕਸ਼ਨ ਜਿਹੜਾ ਇਸ K2 ਪਲਾਂਟ ਦਾ ਉਹ ਨਵੰਬਰ 2013 ਵਿੱਚ ਸਟਾਰਟ ਹੋਇਆ ਸੀ, ਨਾ ਉਹ ਇਸ ਨੂੰ ਇਨੋਗਰੇਟ ਕਰ ਦਿੱਤਾ ਗਿਆ। ਪਾਕਿਸਤਾਨ ਦੇ ਕੁਝ ਫੈਕਟ ਹੈਗੇ ਨੇ ਕਿ ਕੈਪੀਟਲ ਕੀ ਆ? ਇਸਲਾਮਾਬਾਦ। ਕਰੰਸੀ ਹੈਗੀ ਆ ਪਾਕਿਸਤਾਨ ਰੁਪੀ, ਅਤੇ ਨੈਸ਼ਨਲ ਸਪੋਰਟ ਹੈਗੀ ਆ ਫੀਲਡ ਹਾਕੀ। ਇਹ ਕੁਛ ਇਨਫੋਰਮੇਸ਼ਨ ਹੈ ਪਾਕਿਸਤਾਨ ਦੀ ਜਿਹੜੀ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ।
ਨੈਕਸਟ ਆਪਣੇ ਕੋਲ ਕੁਐਸਚਨ ਹੈ ਹਿਸਟਰੀ ਦਾ, ਮਤਲਬ ਰੀਸੈਂਟਲੀ ਆਪਣੇ ਇੱਕ ਹਿਸਟਰੀ ਦੇ ਇੰਪੋਰਟੈਂਟ ਪਰਸਨ ਹੈਗੇ ਸੀ, ਉਹਨਾਂ ਦੀ ਬਰਥ ਐਨੀਵਰਸਰੀ ਆਪਾਂ ਸੈਲੀਬ੍ਰੇਟ ਕੀਤੀ ਆ 22 ਮਈ ਨੂੰ, ਜਿਹਨਾਂ ਦਾ ਨਾਮ ਹੈ ਰਾਜਾ ਰਾਮ ਮੋਹਨ ਰਾਏ। ਆਪਣੇ ਗ੍ਰੇਟ ਸੋਸ਼ਲ ਰਿਫੋਰਮਰ ਰਹੇ ਨੇ ਜਿਹਨਾਂ ਦਾ ਬਰਥ ਆਪਾਂ ਸੈਲੀਬ੍ਰੇਟ ਕੀਤਾ ਹੈ। ਤਾਂ ਆਪਾਂ ਦੱਸਣਾ ਉਹ ਕਿਹੜੀ ਫੇਮਸ ਮੂਵਮੈਂਟ ਦੇ ਫਾਊਂਡਰ ਹੈਗੇ ਸੀ, ਮਤਲਬ ਕਿਹੜੀ ਸੋਸ਼ਲ ਮੂਵਮੈਂਟ ਉਹਨਾਂ ਨੇ ਚਲਾਈ ਹੈ। ਕੁਛ ਦਿਨ ਪਹਿਲਾਂ ਹੀ ਆਪਾਂ GK ਗੋਖਲੇ ਜੀ ਬਾਰੇ ਡਿਸਕਸ ਕੀਤਾ ਸੀ। ਤੁਹਾਡਾ ਕੁਸ਼ਚਨ ਹੈ ਕਿ ਤੁਸੀਂ ਉਹਨਾਂ ਦੀ ਦੁਆਰਾ ਚਲਾਈ ਗਈ ਇੱਕ ਜੋ ਸਭਾ ਹੈਗੀ ਸੀ ਉਸਦਾ ਨਾਮ ਮੈਨਸ਼ਨ ਕਰੋਗੇ, ਬਿਕੋਜ਼ ਕੁਛ ਦਿਨ ਪਹਿਲਾਂ ਹੀ ਆਪਾਂ ਇਹ ਡਿਸਕਸ਼ਨ ਕੀਤੀ ਆ GK ਗੋਖਲੇ ਬਾਰੇ। ਨਾਓ ਇੱਕ ਹੋਰ ਇੰਪੋਰਟੈਂਟ ਪਰਸਨੈਲਿਟੀ ਆ ਰਾਜਾ ਰਾਮ ਮੋਹਨ ਰਾਏ, ਉਹਨਾਂ ਨੇ ਕਿਹੜੀ ਸੰਸਥਾ ਨੂੰ ਕਿਹੜੀ ਸਭਾ ਨੂੰ ਫਾਈਂਡ ਆਊਟ ਕੀਤਾ ਸੀ, ਉਸਦਾ ਨਾਮ ਧਰਮ ਸਭਾ ਸੀ, ਬ੍ਰਹਮੋ ਸਭਾ ਸੀ, ਮਾਨਵ ਧਰਮ ਸਭਾ ਜਾਂ ਫਿਰ ਤਤਵਾ ਬੋਧਨੀ ਸਭਾ। ਤੋ ਜਿਹੜੀ ਰਾਜਾ ਰਾਮ ਮੋਹਨ ਰਾਏ ਜੀ ਨੇ ਇਹ ਸਭਾ ਬਣਾਈ ਸੀ ਉਸਦਾ ਨਾਮ ਸੀ ਬ੍ਰਹਮੋ ਸਭਾ। ਬ੍ਰਹਮੋ ਸਭਾ ਬਣਾਈ ਗਈ ਰਾਜਾ ਰਾਮ ਮੋਹਨ ਰਾਏ ਜੀ ਦੇ ਦੁਆਰਾ। ਤਾਂ ਇਹ ਕੁਸ਼ਚਨ ਆਪਣੇ ਕੋਲ ਹਿਸਟਰੀ ਦੇ ਵਿੱਚ ਕਾਫੀ ਫ੍ਰੀਕੁਐਂਟਲੀ ਬਣ ਜਾਂਦੇ ਨੇ ਕਿ ਆਪਾਂ ਨੂੰ ਪੁੱਛਿਆ ਜਾਂਦਾ ਕੋਈ ਪਰਟੀਕੁਲਰ ਪਰਸਨ ਕਿਹੜੀ ਸਭਾ ਜਾਂ ਫਿਰ ਕਿਹੜੀ ਸੰਸਥਾ ਦੇ ਨਾਲ ਲਿੰਕਡ ਹੈ, ਤੋ ਰਾਜਾ ਰਾਮ ਮੋਹਨ ਰਾਏ ਲਿੰਕਡ ਹੈਗੇ ਨੇ ਬ੍ਰਹਮੋ ਸਭਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। 22 ਮਈ ਬਰਥ ਐਨੀਵਰਸਰੀ ਸੈਲੀਬ੍ਰੇਟ ਕੀਤੀ ਆਪਾਂ ਰਾਜਾ ਰਾਮ ਮੋਹਨ ਰਾਏ ਜੀ ਦੀ। ਰਾਜਾ ਰਾਮ ਮੋਹਨ ਰਾਏ ਜਿਹੜੇ ਕਿ 22 ਮਈ 1772 ਦੇ ਵਿੱਚ ਬਰਥ ਹੋਇਆ ਸੀ, ਉਹਨਾਂ ਨੇ ਬ੍ਰਹਮੋ ਸਭਾ ਬਣਾਈ, ਉਸ ਤਰ੍ਹਾਂ ਬ੍ਰਹਮੋ ਸਮਾਜ ਬਣਾਇਆ, ਸੋਸ਼ਲ ਰਿਲੀਜੀਅਸ ਰਿਫੋਰਮ ਮੂਵਮੈਂਟ ਹੈਗੀ ਸੀ ਇੰਡੀਆ ਦੀ ਇਹ, ਮਤਲਬ ਸੋਸ਼ਲ ਪੁਆਇੰਟ ਆਫ ਵਿਊ ਤੋਂ ਰਿਲੀਜੀਅਸ ਪੁਆਇੰਟ ਆਫ ਵਿਊ ਤੋਂ ਇਹ ਰਿਫੋਰਮ ਮੂਵਮੈਂਟ ਸੀਗੀ। ਰਾਜਾ ਰਾਮ ਮੋਹਨ ਰਾਏ ਜਿਹੜੇ ਉਹਨਾਂ ਨੂੰ ਕੰਸਿਡਰ ਕੀਤਾ ਜਾਂਦਾ ਟੂ ਬੀ ਦੀ ਫਾਦਰ ਆਫ ਬੰਗਾਲ ਰੈਨਾਸਾ ਬਾਏ ਮੈਨੀ ਹਿਸਟੋਰੀਅਨ, ਮਤਲਬ ਅਲੱਗ ਅਲੱਗ ਜਿਹੜੇ ਹਿਸਟੋਰੀਅਨ ਹੈਗੇ ਨੇ ਇਤਿਹਾਸਕਾਰ ਆ ਉਹ ਕਹਿੰਦੇ ਨੇ ਕਿ ਬੰਗਾਲ ਰੈਨਾਸਾ ਮਤਲਬ ਬੰਗਾਲ ਦੇ ਪੁਨਰ ਜੀਵਨ ਵਿੱਚ ਉਹਨਾਂ ਦਾ ਕਾਫੀ ਇੰਪੋਰਟੈਂਟ ਰੋਲ ਹੈ ਰਾਜਾ ਰਾਮ ਮੋਹਨ ਰਾਏ ਜੀ ਦਾ। ਸੋ ਯਾਦ ਰੱਖਣਾ ਉਹਨਾਂ ਨੇ ਕਿਹੜੀ ਚੀਜ਼ ਚਲਾਈ ਹੈ, ਬ੍ਰਹਮੋ ਸਮਾਜ ਅਤੇ ਬ੍ਰਹਮੋ ਸਭਾ। ਨੈਕਸਟ ਅਤੇ ਲਾਸਟ ਕੁਸ਼ਚਨ ਅੱਜ ਦਾ ਹੈ ਸਪੋਰਟਸ ਨਾਲ ਰਿਲੇਟਡ। ਤੋ 2021 ਦੇ ਵਿੱਚ ਹੀ ਕਿਸ ਪਰਸਨ ਨੂੰ ਰੀਇਲੈਕਟ ਕੀਤਾ ਗਿਆ ਐਜ਼ ਅ ਪ੍ਰੈਜ਼ੀਡੈਂਟ ਆਫ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ FIH ਦੇ ਪ੍ਰੈਜ਼ੀਡੈਂਟ ਦੇ ਤੌਰ 'ਤੇ ਰੀਅਪੁਆਇੰਟ ਕੀਤਾ ਗਿਆ, ਮਤਲਬ ਆਲਰੇਡੀ ਉਹ ਪਹਿਲਾਂ ਉਸ ਜੋਬ 'ਤੇ ਕੰਮ ਕਰ ਰਹੇ ਆ, ਪ੍ਰੈਜ਼ੀਡੈਂਟ ਹੈਗੇ ਨੇ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੇ। ਨਾ ਉਹ ਦੁਬਾਰਾ ਤੋਂ ਫਿਰ ਸੇਮ ਪਰਸਨ ਨੂੰ ਹੀ ਅਪੁਆਇੰਟ ਕੀਤਾ ਗਿਆ। ਆਪਣੇ ਇੰਡੀਆ ਦੀ ਪਰਸਨੈਲਿਟੀ ਆ, ਤੋ ਇਸ ਲਈ ਆਪਣੇ ਲਈ ਸਪੋਰਟਸ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਅੱਛੀ ਨਿਊਜ਼ ਹੈ, ਕਾਫੀ ਇੰਪੋਰਟੈਂਟ ਨਿਊਜ਼ ਹੈ। ਉਹਨਾਂ ਦਾ ਨਾਮ ਹੈ ਨਰਿੰਦਰ ਬੱਤਰਾ। ਨਰਿੰਦਰ ਬੱਤਰਾ ਨੂੰ ਰੀਅਪੁਆਇੰਟ ਕੀਤਾ ਗਿਆ ਐਜ਼ ਦੀ ਪ੍ਰੈਜ਼ੀਡੈਂਟ ਆਫ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ, ਜਿਸ ਨੂੰ ਆਪਾਂ FIH ਕਹਿੰਦੇ ਹਾਂ। ਆਪਸ਼ਨ 4 ਇਜ਼ ਦਾ ਰਾਈਟ ਆਨਸਰ। ਇਨਕੰਬੈਂਟ ਨਰਿੰਦਰ ਬੱਤਰਾ, ਇਨਕੰਬੈਂਟ ਮਤਲਬ ਆਲਰੇਡੀ ਉਸ ਜੋਬ 'ਤੇ ਕੰਮ ਕਰ ਰਹੇ ਆ, 22 ਮਈ ਨੂੰ ਉਹਨਾਂ ਨੂੰ ਰੀਇਲੈਕਟ ਕਰ ਦਿੱਤਾ ਗਿਆ ਹਾਕੀ ਫੈਡਰੇਸ਼ਨ ਆਫ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਦੇ ਤੌਰ 'ਤੇ। ਉਹ ਆਲਰੇਡੀ ਪ੍ਰੈਜ਼ੀਡੈਂਟ ਹੈਗੇ ਨੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ, ਅਤੇ ਜਿਹੜੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਆ ਉਹਦੇ ਮੈਂਬਰ ਦੇ ਤੌਰ 'ਤੇ ਵੀ ਕੰਮ ਕਰ ਰਹੇ ਆ। ਨਾਓ ਇਹ ਜਿਹੜੀ ਪ੍ਰੈਜ਼ੀਡੈਂਟ ਵਾਲੀ ਪੋਸਟ ਹੈ FIH ਦੀ, ਉਹ 2024 ਤੱਕ ਹੋਲਡ ਕਰਨਗੇ। ਬੱਤਰਾ ਰਿਮੇਨਸ ਦੀ ਓਨਲੀ ਏਸ਼ੀਅਨ ਟੂ ਗ੍ਰੈਬ ਦਾ ਟੋਪ ਪੋਸਟ ਇਨ ਦਾ ਵਰਲਡ ਬੋਡੀਜ਼ 92 ਈਅਰ ਓਲਡ ਹਿਸਟਰੀ, ਮਤਲਬ ਸਿਰਫ ਉਹੀ ਪਰਸਨ ਹੈਗੇ ਆ ਜਿਨ੍ਹਾਂ ਨੇ ਟੋਪ ਪੋਸਟ ਲਈ ਆ ਇਸ, ਮਤਲਬ ਇਕੱਲੇ ਹੀ ਏਸ਼ੀਅਨ ਹੈਗੇ ਨੇ ਜਿਨ੍ਹਾਂ ਨੇ ਪੋਸਟ ਲਈ ਆ 92 ਸਾਲ ਦੀ ਆਪਣੀ ਹਿਸਟਰੀ ਦੇ ਵਿੱਚ। ਸੋ ਕਾਫੀ ਇੰਪੋਰਟੈਂਟ ਨਿਊਜ਼ ਹੈ। ਦਿਸ ਇਜ਼ ਦੀ ਐਂਡ ਆਫ ਦਾ ਵੀਡੀਓ। ਜੋ ਵੀ ਇੰਪੋਰਟੈਂਟ ਕੁਸ਼ਚਨਸ ਹੈਗੇ ਸੀ ਆਪਾਂ ਆਲਰੇਡੀ ਡਿਸਕਸ ਕਰ ਲਏ ਆ। ਨਾ ਤੁਹਾਡੇ ਲਈ ਛੋਟੀ ਜਿਹੀ ਇਨਫੋਰਮੇਸ਼ਨ ਲਾਸਟ 'ਤੇ ਕਿ ਅਗਰ ਤੁਸੀਂ ਕੋਈ ਵੀ ਬੈਚਸ ਜੁਆਇਨ ਕਰਨੇ ਹੋਣ, ਬਿਕੋਜ਼ ਬਹੁਤ ਸਾਰੇ ਐਗਜ਼ਾਮਸ ਆ ਰਹੇ ਨੇ, ਆਪਾਂ ਨੂੰ ਪਤਾ COVID-19 ਦੇ ਕਰਕੇ ਆਪਾਂ ਆਫਲਾਈਨ ਤਾਂ ਜਾ ਨਹੀਂ ਸਕਦੇ, ਤਾਂ ਔਨਲਾਈਨ ਤੁਸੀਂ ਆਪਣੀ ਤਿਆਰੀ ਕਰਦੇ ਰਹੋ। ਜਿਵੇਂ ਕਿ ਆਪਣੇ ਕੋਲ ਰੀਸੈਂਟਲੀ PSPSCL ਦੀਆਂ ਵੈਕੈਂਸੀਜ਼ ਵੀ ਆਊਟ ਹੋ ਚੁੱਕੀਆਂ ਨੇ, PSTCL ਦੀਆਂ ਵੈਕੈਂਸੀਜ਼ ਆਲਰੇਡੀ ਆਊਟ ਹੋਈਆਂ ਹੋਈਆਂ, ਕੋਆਪਰੇਟਿਵ ਬੈਂਕ ਦੇ ਲਾਈਕ ਕਾਫੀ ਵੈਕੈਂਸੀਜ਼ ਆਪਾਂ ਆਲਰੇਡੀ ਕਰ ਚੁੱਕੇ ਹਨ, ਇਸ ਤਰ੍ਹਾਂ ਕਾਫੀ ਸਾਰਾ ਵੈਕੈਂਸੀਜ਼ ਆ ਰਹੀਆਂ ਨੇ। ਤਾਂ ਸਭ ਤਰ੍ਹਾਂ ਦੇ ਜਿਹੜੇ ਬੈਚਸ ਆ ਆਪਣੇ ਗੁਰੂਕੁਲ ਦੇ ਔਨਲਾਈਨ ਪਲੈਟਫਾਰਮ ਦੇ ਉੱਪਰ ਰਨ ਕਰ ਰਹੇ ਆ। ਤੁਸੀਂ ਗੁਰੂਕੁਲ ਦੀ ਜਿਹੜੀ ਐਪ ਆ ਉਸਨੂੰ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ ਗੁਰੂਕੁਲ ਅਬੋਹਰ ਦੇ ਨਾਮ ਤੋਂ। ਐਂਡ ਹੋਰ ਕੋਈ ਵੀ ਕੁਐਰੀ ਹੋਵੇ ਬੈਚਸ ਦੇ ਨਾਲ ਰਿਲੇਟਡ, ਉਹਦੇ ਟਾਈਮਿੰਗ, ਉਹਨਾਂ ਦੀ ਕੁਛ ਵੀ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ, ਇਸ ਨੰਬਰ 'ਤੇ ਕੰਟੈਕਟ ਕਰਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਸੀ ਯੂ ਟੁਮੋਰੋ, ਮਿਲਦੇ ਹਾਂ ਕੱਲ੍ਹ ਦੇ ਸੈਸ਼ਨ ਵਿੱਚ ਕੁਛ ਹੋਰ ਇੰਪੋਰਟੈਂਟ ਕਰੰਟ ਅਫੇਅਰਸ ਦੇ ਨਾਲ। ਟਿਲ ਦੈਨ ਬੱਬਾਈ, ਟੇਕ ਕੇਅਰ, ਜੈ ਹਿੰਦ।